ਜਸ ਪੰਜਾਬੀ ਦੇ ਸਾਰੇ ਦਰਸ਼ਕਾਂ ਦਾ ਜੀ ਆਇਆਂ ਨੂੰ। ਮੈਂ ਹਾਂ ਤੁਹਾਡੇ ਨਾਲ ਹਰਕੀਰਤ ਸਿੰਘ ਆਲੂਵਾਲੀਆ। ਨੌਰਥ ਅਮਰੀਕਾ ਦੇ ਵਿੱਚ ਵਸਦੇ ਸਾਰੇ ਵਿਊਅਰਸ ਨੂੰ ਮੇਰੀ ਤਰਫੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਦੋਸਤੋ, ਅੱਜ ਵੀ ਤੁਹਾਡੀ ਖਿਦਮਤ ਦੇ ਵਿੱਚ ਅਸੀਂ ਲੈ ਕੇ ਹਾਜ਼ਰ ਹਾਂ। ਅੱਜ ਦਾ ਮੁੱਦਾ ਇਸ ਪ੍ਰੋਗਰਾਮ ਦੇ ਉੱਤੇ, ਇਸ ਮੰਚ ਦੇ ਉੱਤੇ ਅਸੀਂ ਲਗਾਤਾਰ ਹੁੰਦੇ ਉਹਨਾਂ ਭਗਦੇ ਮਸਲਿਆਂ ਦੀ ਗੱਲ ਕਰਦੇ ਹਾਂ ਜੋ ਕਿ ਸਿਆਸਤ ਦੇ ਵਿੱਚ, ਭਾਵੇਂ ਉਹ ਧਾਰਮਿਕ ਦੇ ਧਾਰਮਿਕ ਗਲਿਆਰਿਆਂ ਦੇ ਵਿੱਚ, ਜਿਨ੍ਹਾਂ ਦੀ ਗੂੰਜ ਜਿਹੜੀ ਹੈ ਸਾਨੂੰ ਇੰਟਰਨੈਸ਼ਨਲ ਪੱਧਰ 'ਤੇ ਸੁਣਨ ਨੂੰ ਮਿਲ ਰਹੀ ਹੈ। ਔਰ ਜੇਕਰ ਉਹਨਾਂ ਸਾਰੇ ਮਸਲਿਆਂ ਦੀ ਗੱਲ ਕਰਦੇ ਹਾਂ ਤਾਂ ਫਿਰ ਇਸ ਮੰਚ ਨੂੰ ਸਜਾਇਆ ਜਾਂਦਾ ਔਰ ਤੁਹਾਡੀ ਕਾਲਸ ਲਈ ਖੋਲ੍ਹਿਆ ਜਾਂਦਾ ਤਾਂ ਕਿ ਤੁਸੀਂ ਡਾਇਲੋਗ ਕਰ ਸਕੋ। ਔਰ ਜਦ ਡਾਇਲੋਗ ਹੁੰਦਾ ਤਾਂ ਇੱਕ ਰੋਡ ਮੈਪ ਜਿਹੜਾ ਉਹ ਤਿਆਰ ਕੀਤਾ ਜਾਂਦਾ ਇਸ ਮੰਚ ਦੇ ਉੱਤੇ, ਅਤੇ ਅੱਜ ਵੀ ਅਸੀਂ ਉਹਨਾਂ ਸਾਰੇ ਮਸਲਿਆਂ ਦੇ ਉੱਤੇ ਚਾਨਣਾ ਪਾਵਾਂਗੇ। ਲੇਕਿਨ ਜਿਹੜਾ ਭਗਦਾ ਮਸਲਾ ਇਸ ਟਾਈਮ ਪੰਜਾਬ ਦੀ ਧਰਤੀ ਦੇ ਉੱਤੇ ਚੱਲ ਰਿਹਾ, ਅਸੀਂ ਉਹਦੇ ਉੱਤੇ ਜ਼ਰੂਰ ਚਾਨਣਾ ਪਾਉਣਾ ਚਾਹੁੰਦੇ ਹਾਂ। ਸਭ ਤੋਂ ਪਹਿਲਾਂ ਤਾਂ ਮੈਂ ਦਰਸ਼ਕਾਂ ਨੂੰ ਦੱਸਣਾ ਚਾਹੁੰਦਾ ਕਿ ਕੱਲ੍ਹ ਅਸੀਂ ਜਦ ਮੁੱਦਾ ਲੈ ਕੇ ਆਏ ਸੀਗੇ ਤਾਂ ਪੂਰਾ ਵੀਕ ਜਿਹੜਾ ਹੁਣ ਸਮਰਪਿਤ ਹੈਗਾ ਵੱਖ ਵੱਖ ਮਸਲਿਆਂ ਦੇ ਉੱਤੇ। ਜਸ ਪੰਜਾਬੀ ਦੀ ਟੀਮ ਕੈਲੀਫੋਰਨੀਆ ਦਾ ਟੂਰ ਕਰ ਰਹੀ ਹੈ। ਕੱਲ੍ਹ ਤੋਂ ਜਸ ਪੰਜਾਬੀ ਦੀ ਟੀਮ ਕੈਲੀਫੋਰਨੀਆ ਦੇ ਵਿੱਚ ਹੋਏਗੀ ਔਰ ਵੱਖ ਵੱਖ ਟਾਊਨਾਂ ਦੇ ਵਿੱਚ ਜਾ ਕੇ, ਵੱਖ ਵੱਖ ਟਾਊਨਾਂ ਦੇ ਵਸਨੀਕਾਂ ਦੇ ਨਾਲ ਜਾ ਕੇ ਉਹਨਾਂ ਦਾ ਅਸੀਂ ਜਿਹੜੇ ਲੋਕਲ ਮਸਲੇ ਹਨ ਉਹਨਾਂ ਦੇ ਉੱਤੇ ਵਿਚਾਰ ਵਟਾਂਦਰਾ ਅਸੀਂ ਕਰਾਂਗੇ। ਅਤੇ ਅੱਜ ਸਟੂਡੀਓ ਦੇ ਵਿੱਚ ਅਸੀਂ 2019 ਲੋਕ ਸਭਾ ਚੋਣਾਂ ਦਾ ਜਿਹੜਾ ਵਿਸ਼ਾ ਇਸ ਟਾਈਮ ਪੰਜਾਬ ਦੀ ਧਰਤੀ ਦੇ ਉੱਤੇ ਗਰਮਾਇਆ ਹੋਇਆ, ਉਹਨੂੰ ਲੈ ਕੇ ਤੁਹਾਡੀ ਖਿਦਮਤ ਦੇ ਵਿੱਚ ਆਏ ਹਾਂ। ਕੱਲ੍ਹ ਅਸੀਂ ਜਦ ਵਿਚਾਰ ਕਰ ਰਹੇ ਸੀਗੇ ਅਤੇ ਓਪੀਨੀਅਨ ਚੱਲ ਰਹੀ ਸੀਗੀ ਔਰ ਕਿਸ ਸੀਟ ਤੋਂ ਕੌਣ ਦਾਅਵੇਦਾਰੀ ਆਪਣੀ ਰੱਖਦਾ ਔਰ ਕੌਣ ਟਿਕਟ ਲੈ ਕੇ ਆਉਂਦਾ ਔਰ ਕੌਣ ਉਮੀਦਵਾਰ ਹੋਏਗਾ, ਤਾਂ ਅਸੀਂ ਇਹ ਕਿਆਸ ਲਗਾ ਰਹੇ ਸੀਗੇ। ਤਾਂ ਹੁਣ ਮੇਜਰ ਪਾਰਟੀਆਂ ਪੰਜਾਬ ਦੇ ਵਿੱਚ ਜਿਨ੍ਹਾਂ ਨੂੰ ਲੈ ਕੇ ਹੁਣ ਟਿਕਟ ਦੀ ਜਿਹੜੀ ਹੈ ਅਟਕਲਾਂ ਲਗਾਈਆਂ ਜਾ ਰਹੀਆਂ ਹਨ ਕਿ 13 MP ਪੰਜਾਬ ਦੇ ਕੌਣ ਹੋਣਗੇ ਔਰ ਪੰਜਾਬ ਦੇ ਮਸਲਿਆਂ ਬਾਰੇ ਪਾਰਲੀਮੈਂਟ ਦੇ ਵਿੱਚ ਕੌਣ ਗੱਲ ਕਰਨਗੇ। ਖੈਰ ਉਹ ਤਾਂ 24 ਮਈ ਨੂੰ ਪਤਾ ਚੱਲੇਗਾ, ਲੇਕਿਨ 19 ਮਈ ਨੂੰ ਜਦ ਵੋਟਾਂ ਹੋਣਗੀਆਂ, ਜਦ ਪੰਜਾਬ ਦੇ ਲੋਕ ਵੋਟਾਂ ਭੁਗਤਾਉਣਗੇ, ਤਾਂ ਮੇਜਰ ਸੀਟਾਂ ਜਿਹੜੀ ਹੈ ਇਸ ਟਾਈਮ ਪੰਜਾਬ ਦੇ ਹੌਟ ਸੀਟ ਜਿਹਨੂੰ ਅਸੀਂ ਕਹਿ ਸਕਦੇ ਹਾਂ, ਅੰਮ੍ਰਿਤਸਰ, ਗੁਰਦਾਸਪੁਰ, ਉਸ ਤੋਂ ਬਾਅਦ ਫਿਰੋਜ਼ਪੁਰ, ਅਤੇ ਇਹਨਾਂ ਸੀਟਾਂ ਦੇ ਉੱਤੇ ਕੌਣ ਆਪਣੇ ਦਾਅਵੇਦਾਰੀ ਰੱਖ ਸਕਦਾ ਔਰ ਕੌਣ ਜਿੱਤ ਕੇ ਸਾਹਮਣੇ ਆਉਂਦਾ, ਇਹ ਇੱਕ ਵੱਡਾ ਸਵਾਲ ਬਣਿਆ ਹੋਇਆ। 2014 ਦੇ ਵਿੱਚ ਆਮ ਆਦਮੀ ਪਾਰਟੀ ਨੇ 4 ਸੀਟਾਂ ਜਿੱਤ ਕੇ ਪੰਜਾਬ ਦੀ ਪਾਰਲੀਮੈਂਟਰੀ ਸੀਟਾਂ ਦਾ ਇਤਿਹਾਸ ਬਦਲ ਕੇ ਰੱਖ ਦਿੱਤਾ ਸੀਗਾ ਔਰ ਇੱਕ ਜਿਹਨੂੰ ਅਸੀਂ ਤੂਫਾਨ ਕਹਿੰਦੇ ਹਾਂ ਉਹ ਤੂਫਾਨ ਆਇਆ ਸੀਗਾ। ਔਰ ਸਿੱਖ ਡਾਇਸਪੋਰਾ, ਸਾਡੇ NRI ਭਰਾ, ਯਾਨੀ ਕਿ ਤੁਸੀਂ ਬਹੁਤ ਜ਼ਿਆਦਾ, ਤੁਹਾਨੂੰ ਲੱਗਿਆ ਸੀਗਾ ਕਿ ਹੁਣ ਪੰਜਾਬ ਦੇ ਵਿੱਚ ਇੱਕ ਅਜਿਹੀ ਪਾਰਟੀ ਆਈ ਹੈ ਜੋ ਪੰਜਾਬ ਦੇ ਮੁੱਦਿਆਂ ਦੀ ਗੱਲ ਕਰੇਗੀ, ਪੰਜਾਬ ਦੇ ਮਸਲਿਆਂ ਦੀ ਗੱਲ ਕਰੇਗੀ ਔਰ ਪੰਜਾਬ ਦੀ ਹੱਕ ਦੀ ਗੱਲ ਕਰੇਗੀ। ਅਤੇ ਤੁਸੀਂ ਉਹਨਾਂ ਨੂੰ ਪੂਰਾ ਸਪੋਰਟ ਵੀ ਕੀਤਾ, ਬਕਾਇਦਾ ਤੁਸੀਂ ਉਹਨਾਂ ਨੂੰ ਪੈਸੇ ਵੀ ਭੇਜੇ ਔਰ ਪਾਰਟੀ ਜਿਹੜੀ ਹੈ ਉਹ ਜ਼ਮੀਨੀ ਪੱਧਰ 'ਤੇ ਗਰੋ ਹੁੰਦੀ ਚਲੀ ਗਈ। 2017 ਦੇ ਵਿੱਚ ਜਦ ਵਿਧਾਨ ਸਭਾ ਚੋਣਾਂ ਨਜ਼ਦੀਕ ਆਈਆਂ ਤਾਂ ਫਿਰ ਇੱਕ ਵਾਰੀ ਮੁੜ ਤੋਂ ਆਮ ਆਦਮੀ ਪਾਰਟੀ ਦੀ ਵੇਵ ਬਣਨੀ ਸ਼ੁਰੂ ਹੋ ਗਈ। ਪੰਜਾਬ ਦੇ ਵਿੱਚ ਐਂਟਰ ਹੁੰਦੇ ਹਨ ਅਰਵਿੰਦ ਕੇਜਰੀਵਾਲ, ਮੁੱਖ ਮੰਤਰੀ ਦਿੱਲੀ। ਔਰ ਜਦੋਂ ਐਂਟਰ ਹੁੰਦੇ ਹਨ ਤਾਂ ਉਹ ਨਾਰਾ ਇੱਕ ਬਹੁਤ ਵੱਡਾ ਪੰਜਾਬ ਦੇ ਵਿੱਚ ਲਾਉਂਦੇ ਹਨ ਕਿ ਕੇਜਰੀਵਾਲ ਪੂਰਾ ਪੰਜਾਬ ਤੇਰੇ ਨਾਲ। ਇਹ ਜ਼ਮੀਨੀ ਪੱਧਰ 'ਤੇ ਅਸੀਂ ਵੀ ਜਾ ਕੇ ਪੰਜਾਬ ਦੇ ਵਿੱਚ ਜਦ ਇਲੈਕਸ਼ਨ ਕਵਰ ਕਰ ਰਹੇ ਸੀਗੇ ਤਾਂ ਅਸੀਂ ਵੀ ਵੇਖਿਆ, ਪਿੰਡਾਂ ਦੇ ਵਿੱਚ ਜਾ ਕੇ ਅਸੀਂ ਦੇਖਿਆ ਝਾੜੂ ਜਿਹੜਾ ਉਹ ਇੰਨਾ ਜ਼ਬਰਦਸਤ ਫੈਲ ਗਿਆ ਕਿ ਉਹਦੀ ਜਿਹੜੀ ਛਾਪ ਹੈ ਪਿੰਡਾਂ ਦੇ ਵਿੱਚ ਉਹ ਬਿਲਕੁਲ ਕਰੀਬ ਤੋਂ ਨਜ਼ਰ ਆ ਰਹੀ ਹੈ ਕਿ ਬਈ ਸ਼੍ਰੋਮਣੀ ਅਕਾਲੀ ਦਲ ਨੂੰ ਔਰ ਤਕੜੀ ਨੂੰ, ਕਮਲ ਦੇ ਨਿਸ਼ਾਨ ਨੂੰ ਔਰ ਹੱਥ ਨੂੰ ਝਾੜੂ ਜਿਹੜਾ ਉਹ ਬਿਲਕੁਲ ਖਤਮ ਕਰ ਦੇਵੇਗਾ, ਸਫਾਈ ਕਰ ਦੇਵੇਗਾ। ਲੇਕਿਨ ਪਤਾ ਨਹੀਂ ਇਕਦਮ ਕੀ ਹੋਇਆ ਕਿ 2017 ਦੀ ਲੋਕ ਸਭਾ ਚੋਣਾਂ ਤੋਂ ਬਾਅਦ, ਮੈਂ ਮਾਫੀ ਚਾਹਾਂਗਾ, 2017 ਦੀ ਵਿਧਾਨ ਸਭਾ ਚੋਣਾਂ ਤੋਂ ਬਾਅਦ ਜਦ ਕਾਂਗਰਸ ਜੇਤੂ ਹੋਈ ਤਾਂ ਸਾਰੇ ਲੋਕਾਂ ਦੇ ਹੋਸ਼ ਅਸੀਂ ਕਹਿ ਸਕਦੇ ਹਾਂ ਉੜ ਗਏ ਸੀਗੇ ਕਿ ਇਹ ਕੀ ਹੋ ਗਿਆ, ਕਿਉਂਕਿ ਕਈ ਲੋਕਾਂ ਨੇ ਕਿਹਾ ਕਿ ਮਾਲਵਾ ਰੀਜਨ ਦੇ ਵਿੱਚ ਖਾਸ ਤੌਰ 'ਤੇ ਬਠਿੰਡਾ ਸ਼ਹਿਰੀ, ਬਠਿੰਡਾ ਦਿਹਾਤੀ, ਰਾਮਪੁਰਾ ਫੁੱਲ, ਮਲੋਟ,
ਅੱਗੇ ਤੱਕ ਚਲੇ ਜਾਈਏ ਅਸੀਂ ਗਿੱਦੜਬਾਹਾ ਮੁਕਤਸਰ ਸਾਹਿਬ ਅਤੇ ਉੱਥੇ ਤੱਕ ਆਹ ਪੂਰੀ ਵੇਵ ਸੀਗੀ ਕਿ ਜਿੱਤ ਕੇ ਮਾਲਵੇ ਰੀਜਨ ਦੇ ਤੋਂ ਆਮ ਆਦਮੀ ਪਾਰਟੀ ਹੀ ਆ ਰਹੀ ਹੈ। ਪਰ ਕਿਉਂਕਿ ਇਸ ਕਰਕੇ ਲੋਕਾਂ ਨੇ ਵਿਸ਼ਵਾਸ ਜਿਤਾਇਆ ਸੀਗਾ ਕਿ ਭਾਵੇਂ ਜੋ ਮਰਜ਼ੀ ਹੋਏ ਅਰਵਿੰਦ ਕੇਜਰੀਵਾਲ ਜਿਹੜਾ ਇਮਾਨਦਾਰ ਬੰਦਾ ਹੈ, ਔਰ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸੀਨੀਅਰ ਲੀਡਰਸ਼ਿਪ ਨੂੰ ਇਹੀ ਚੁੱਪ ਕਰਵਾ ਸਕਦਾ ਹੈ। ਉਹਨਾਂ ਨੇ ਖੁਦ ਕਿਹਾ ਸੀਗਾ ਕਿ ਬਿਕਰਮ ਮਜੀਠੀਆ ਨੂੰ ਮੈਂ ਜੇਲ੍ਹ ਦੇ ਵਿੱਚ ਭੇਜਾਂਗਾ, ਜਿਹੜੇ ਵੀ ਤਸਕਰ ਹਨ, ਜਿਹੜੇ ਵੀ ਡਾਕੂ ਹਨ, ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਦਿਓ, ਇਕੱਲੇ ਇਕੱਲੇ ਨੂੰ ਅੰਦਰ ਕਰਾਂਗਾ, ਕਿਹਾ ਸੀ ਉਹਨਾਂ ਨੇ, ਬਿਲਕੁਲ ਕਿਹਾ ਸੀ। ਮੈਂ ਇੱਕ ਵਾਰੀ ਤੁਹਾਨੂੰ ਚੇਤੇ ਕਰਵਾਉਂਦਾ ਨਾ ਕਿ ਕਿਵੇਂ ਉਹਨਾਂ ਨੇ ਕਿਹਾ ਸੀ ਜਦ ਉਹ ਰੈਲੀਆਂ ਕਰਦੇ ਸੀਗੇ ਪੰਜਾਬ ਦੇ ਵਿੱਚ। ਇੱਕ ਵਾਰੀ ਇਹ ਵੀਡੀਓ ਤੁਹਾਨੂੰ ਦੱਸ ਰਹੀ ਹੈ। 10 ਸਾਲ ਕੇ ਅੰਦਰ ਬਾਦਲੋਂ ਨੇ ਪੂਰੇ ਪੰਜਾਬ ਕੋ ਬੁਰੀ ਤਰ੍ਹਾਂ ਸੇ ਚੂਸ ਲਿਆ ਦੋਸਤੋ। ਆਜ ਉਸੀ ਪੰਜਾਬ ਕੇ ਲਾਖੋਂ ਲੋਕ ਮੁਕਤਸਰ ਮੇ ਯਹਾਂ ਪੇ ਇਕੱਠੇ ਹੋਏ ਹੈ, ਯੇ ਪ੍ਰਣ ਕਰਨੇ ਕੇ ਲੀਏ, ਯੇ ਕਸਮ ਖਾਨੇ ਕੇ ਲੀਏ ਕਿ ਬਸ ਅਬ ਬਹੁਤ ਹੋ ਚੁਕਾ, ਅਬ ਪੰਜਾਬ ਕੇ ਲੋਕ ਬਰਦਾਸ਼ਤ ਨਹੀਂ ਕਰੇਂਗੇ। ਆਜ ਯਹਾਂ ਪੇ ਪੰਜਾਬ ਕੇ ਲੋਕ ਇਕੱਠੇ ਹੋਏ ਹੈ, ਯੇ ਕਸਮ ਖਾਨੇ ਕੇ ਲੀਏ ਕਿ ਅਬ ਆਨੇ ਵਾਲੇ ਸਮੇਂ ਮੇ ਬਾਦਲੋਂ ਕੋ ਉਖਾੜ ਫੇਂਕਣਾ ਹੈ, ਇਨਸਾਫ ਕੇ ਲੀਏ ਲੜਾਈ ਲੜਨੀ ਹੈ, ਔਰ ਅਗਰ ਇਸਕੇ ਲੀਏ ਸ਼ਹਾਦਤ ਵੀ ਦੇਣੀ ਪੜੀ ਤੋ ਪੰਜਾਬ ਕੇ ਲੋਕ ਸ਼ਹਾਦਤ ਦੇਣੇ ਕੇ ਲੀਏ ਤਿਆਰ ਹੈ। ਅਗਲੀ ਸਾਲ ਸਰਕਾਰ ਬਣੇਗੀ, 10 ਸਾਲ ਕੇ ਅੰਦਰ ਬਾਦਲੋਂ ਨੇ ਜਿਤਨੇ ਕੁਕਰਮ ਕੀਏ ਇਸਕੇ ਉੱਪਰ ਜਾਂਚ ਆਯੋਗ ਬਿਠਾਇਆ ਜਾਏਗਾ, ਔਰ ਬਾਦਲੋਂ ਕੇ ਸਾਰੇ ਕੁਕਰਮੋਂ ਕੇ ਲੀਏ ਬਾਦਲੋਂ ਕੋ ਜੇਲ੍ਹ ਭੇਜਾ ਜਾਏਗਾ। ਦੋਸਤ, ਸਿੱਧਾ ਸਵਾਲ ਹੈ ਕਿ ਹੁਣ ਕਿੱਥੇ ਆਮ ਆਦਮੀ ਪਾਰਟੀ ਸਟੈਂਡ ਕਰਦੀ ਹੈ ਲੋਕ ਸਭਾ ਚੋਣਾਂ ਦੇ ਵਿੱਚ? ਕੇਜਰੀਵਾਲ ਦੇ ਉੱਤੇ ਵਿਸ਼ਵਾਸ ਕੀਤਾ ਜਾ ਸਕਦਾ ਕਿ ਨਹੀਂ ਕੀਤਾ ਜਾ ਸਕਦਾ? ਪਾਰਟੀ ਜੋ ਤੀਲਾ ਤੀਲਾ ਹੋਈ ਹੈ, ਉਹਨਾਂ ਦਾ ਝਾੜੂ ਜਿਹੜਾ ਤੀਲਾ ਤੀਲਾ ਹੋਇਆ, ਜਿਹੜਾ ਹੁਣ ਬਿਲਕੁਲ ਬਿਖਰ ਚੁੱਕਿਆ ਕਿ ਉਹ ਹੁਣ ਸਮੇਟ ਸਕਦੇ ਹਨ ਭਗਵੰਤ ਮਾਨ, ਕਿਉਂਕਿ ਹੁਣ ਉਹ ਅਗਵਾਈ ਕਰ ਰਹੇ ਹਨ। ਉਸ ਤੋਂ ਬਾਅਦ ਜਿਹੜੀ ਸਮੁੱਚੀ ਲਈ ਸੀਨੀਅਰ ਲੀਡਰਸ਼ਿਪ ਆਮ ਆਦਮੀ ਪਾਰਟੀ ਦੀ ਹੈ, ਉਹ ਉਹਨਾਂ ਨੂੰ ਛੱਡ ਕੇ ਜਾ ਚੁੱਕੀ ਹੈ। ਡਾਕਟਰ ਧਰਮਵੀਰ ਗਾਂਧੀ, ਗੁਰਪ੍ਰੀਤ ਘੁੱਗੀ, ਸੁੱਚਾ ਸਿੰਘ ਛੋਟੇਪੁਰ, ਉਸ ਤੋਂ ਬਾਅਦ ਸੁਖਪਾਲ ਖਹਿਰਾ, ਲਗਾਤਾਰ ਝੜੀਆਂ ਲੱਗੀਆਂ, ਇੱਕ ਤੋਂ ਬਾਅਦ ਇੱਕ ਨੂੰ ਹਟਾਇਆ ਗਿਆ। ਹੁਣ ਆਮ ਆਦਮੀ ਪਾਰਟੀ ਕਿੱਥੇ ਸਟੈਂਡ ਕਰਦੀ ਹੈ? ਕੇਜਰੀਵਾਲ ਦੇ ਉੱਤੇ ਤੁਸੀਂ ਵਿਸ਼ਵਾਸ ਕਰੋਗੇ? ਪੈਸੇ ਭੇਜੋਗੇ ਵਾਪਸ ਆਮ ਆਦਮੀ ਪਾਰਟੀ ਨੂੰ ਕਿ ਨਹੀਂ ਭੇਜੋਗੇ? ਕੀ ਹੋਏਗਾ ਆਮ ਆਦਮੀ ਪਾਰਟੀ ਦਾ 2019 ਲੋਕ ਸਭਾ ਚੋਣਾਂ ਦੇ ਵਿੱਚ? ਕੀ ਹੈ ਆਮ ਆਦਮੀ ਪਾਰਟੀ ਦਾ ਮਸਲਾ? ਇਹੀ ਹੈ ਅੱਜ ਦਾ ਮੁੱਦਾ। ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਮੁੜ ਹਾਜ਼ਰ ਹਾਂ ਤੁਹਾਡੀ ਖਿਦਮਤ ਦੇ ਵਿੱਚ। ਅਤੇ 2019 ਦੀ ਲੋਕ ਸਭਾ ਚੋਣਾਂ ਨੂੰ ਲੈ ਕੇ ਜਿਹੜਾ ਪੰਜਾਬ ਦੇ ਹੁਣ ਵੱਖ ਵੱਖ ਪਾਰਲੀਮੈਂਟਰੀ ਅਗਰ ਉਹਨਾਂ ਦੀ ਗੱਲ ਕਰੀਏ ਅਸੀਂ ਤਾਂ ਹੁਣ ਪੂਰਾ ਭਗਦਾ ਹੋਇਆ ਨਜ਼ਰ ਆ ਰਿਹਾ ਗਰਾਊਂਡ, ਬੈਟਲ ਫੀਲਡ ਕਹਿ ਸਕਦੇ ਹਾਂ ਇਹਨੂੰ 2019 ਦੀ। ਅਤੇ ਗੱਲ ਅੱਜ ਇੱਥੇ ਪੰਜਾਬ ਦੇ ਵਿੱਚ ਜਿੰਨੇ ਪੰਜਾਬੀਆਂ ਨੂੰ ਨਵਾਂ ਭਵਿੱਖ ਵਿਖਾਇਆ ਸੀਗਾ, ਇੱਕ ਉਮੀਦ ਦੀ ਕਿਰਨ ਇੱਕ ਪਾਰਟੀ ਤੋਂ ਜਾਗੀ ਸੀਗੀ, ਆਮ ਆਦਮੀ ਪਾਰਟੀ। ਸੁਰਖੀਆਂ ਇਹ ਵੀ ਬਣ ਰਹੀ ਸੀਗੀਆਂ ਕਿ ਆਮ ਆਦਮੀ ਪਾਰਟੀ ਕਾਂਗਰਸ ਦੇ ਨਾਲ ਹੱਥ ਮਿਲਾ ਸਕਦੀ ਹੈ ਅਤੇ ਸਪੋਰਟ ਕਰ ਸਕਦੀ ਹੈ ਕਾਂਗਰਸ ਨੂੰ। ਲੇਕਿਨ ਅੱਜ ਜਦ ਮੀਡੀਆ ਵੱਲੋਂ ਸਵਾਲ ਕੈਪਟਨ ਅਮਰਿੰਦਰ ਸਿੰਘ ਤੋਂ ਪੁੱਛਿਆ ਗਿਆ ਤਾਂ ਉਹਨਾਂ ਨੇ ਇਸ ਗੱਲ ਤੋਂ ਬਿਲਕੁਲ ਮਨਾ ਕਰ ਦਿੱਤਾ ਹੈ ਕਿ ਆਮ ਆਦਮੀ ਪਾਰਟੀ ਨਾਲ ਉਹ ਮਿਲ ਕੇ ਚੋਣਾਂ ਜਿਹੜੀਆਂ ਹੈਗੀਆਂ ਲੋਕ ਸਭਾ ਦੀ ਉਹ ਨਹੀਂ ਲੜਨ ਜਾ ਰਹੇ, ਅਤੇ ਇਹ ਗੱਲ ਸਪਸ਼ਟ ਅੱਜ ਕਰ ਦਿੱਤੀ ਗਈ ਹੈ। ਕੇਜਰੀਵਾਲ ਬਦਸਤੂਰ ਪੰਜਾਬ ਦੇ ਵਿੱਚ ਗੇੜੇ ਮਾਰਦੇ ਰਹੇ 2017 ਦੀ ਚੋਣਾਂ ਤੋਂ ਬਾਅਦ ਵੀ, ਪਰ ਉਹਦਾ ਨਫਾ ਜਿਹੜਾ ਹੈ ਉਹ ਆਮ ਆਦਮੀ ਪਾਰਟੀ ਨੂੰ ਨਹੀਂ ਹੋ ਸਕਿਆ। ਦੌਰ ਚੱਲਿਆ ਸੀਗਾ ਜਦ ਵਿਰੋਧੀ ਧਿਰ ਦੇ ਆਗੂ ਸੀਗੇ ਸੁਖਪਾਲ ਖਹਿਰਾ ਅਸੈਂਬਲੀ ਦੇ ਵਿੱਚ, ਉਹ ਜਦ ਮੁੱਦੇ ਚੱਕਦੇ ਸੀਗੇ, ਆਪਣੀ ਆਵਾਜ਼ ਨੂੰ ਬੁਲੰਦ ਕਰਦੇ ਸੀਗੇ, ਤਾਂ ਕਾਂਗਰਸੀਆਂ ਨੂੰ ਬੈਕ ਡੋਰ 'ਤੇ ਲੈ ਕੇ ਚਲੇ ਗਏ ਸੀ ਸੁਖਪਾਲ ਖਹਿਰਾ। ਉਹ ਸਾਡੇ ਸਾਹਮਣੇ ਸਾਰੀ ਗੱਲਾਂ ਰਹੀਆਂ, ਲੇਕਿਨ ਸੁਖਪਾਲ ਖਹਿਰਾ ਨੂੰ ਚੁੱਪ ਕਰਾਇਆ ਗਿਆ, ਵਿਰੋਧੀ ਧਿਰ ਦੇ ਆਗੂ ਵਜੋਂ ਉਹਨਾਂ ਨੂੰ ਹਟਾਇਆ ਗਿਆ, ਚੀਮਾ ਸਾਹਿਬ ਨੂੰ ਲਿਆਇਆ ਗਿਆ,
ਭਗਵੰਤ ਮਾਨ ਨੂੰ ਅਪਣਾਇਆ ਗਿਆ। ਪਰ ਇੱਥੇ ਗੱਲ ਇਹ ਆਉਂਦੀ ਹੈ ਕਿ ਅਗਰ ਅਸੀਂ 4 ਸੀਟਾਂ 2014 ਦੇ ਵਿੱਚ ਦੇ ਸਕਦੇ ਹਾਂ ਆਮ ਆਦਮੀ ਪਾਰਟੀ ਨੂੰ, ਅਤੇ ਹੁਣ 2019 ਦੇ ਵਿੱਚ ਕਿੰਨੀ ਸੀਟਾਂ ਲੈ ਕੇ ਜਾਏਗੀ ਆਮ ਆਦਮੀ ਪਾਰਟੀ? ਕਿਉਂਕਿ ਹੁਣ ਆਮ ਆਦਮੀ ਪਾਰਟੀ ਨੂੰ ਆਪਣੇ ਹੀ ਦਮ 'ਤੇ ਚੋਣਾਂ ਲੜਨੀਆਂ ਹਨ। ਭਗਵੰਤ ਮਾਨ ਸੰਗਰੂਰ ਦੀ ਸੀਟ ਤੋਂ ਲੜਨਗੇ ਜਾਂ ਫਿਰ ਕੁਝ ਹੋਰ ਨਵਾਂ ਨਿਕਲ ਕੇ ਸਾਹਮਣੇ ਆ ਸਕਦਾ, ਇੱਕ ਵੱਡਾ ਸਵਾਲ ਬਣਿਆ ਹੋਇਆ। ਜਿਹੜੀ ਪੰਜਾਬ ਦੀ ਨਵੀਆਂ ਪੰਜਾਬ ਡੈਮੋਕ੍ਰੈਟਿਕ ਅਲਾਇੰਸ, ਜਿਹਦੇ ਵਿੱਚ ਲੋਕ ਇਨਸਾਫ ਪਾਰਟੀ, ਸਿਮਰਜੀਤ ਸਿੰਘ ਬੈਂਸ ਉਹਦੀ ਅਗਵਾਈ ਕਰਦੇ ਹਨ, ਪੰਜਾਬ ਏਕਤਾ ਪਾਰਟੀ, ਸੁਖਪਾਲ ਖਹਿਰਾ ਉਹਦੀ ਅਗਵਾਈ ਕਰਦੇ ਹਨ, ਸਾਡਾ ਪੰਜਾਬ ਪਾਰਟੀ, ਆਪਣਾ ਪੰਜਾਬ ਪਾਰਟੀ, BSP, PSEP ਅਤੇ ਵੱਖ ਵੱਖ ਜਿਹੜੇ ਛੋਟੇ ਦਲ ਹਨ ਉਹਨਾਂ ਦੀ ਗੱਠਜੋੜ ਹੁਣ ਹੋ ਚੁੱਕੀ ਹੈ। ਇੱਕ ਚੌਥਾ ਅਲਾਇੰਸ ਅਸੀਂ ਕਹਿ ਸਕਦੇ ਹਾਂ ਕਿ ਉਹ ਪੰਜਾਬ ਦੇ ਹਾਲਾਤਾਂ ਨੂੰ ਸੁਧਾਰਨ ਦੇ ਲਈ ਹੋਣ ਦੇ ਵਿੱਚ ਆਇਆ। ਇੱਕ ਅਲਾਇੰਸ ਟਕਸਾਲੀ ਆਗੂਆਂ ਦਾ ਹੈ ਜੋ ਕਿ ਸ਼੍ਰੋਮਣੀ ਅਕਾਲੀ ਦਲ ਤੋਂ ਉਹਨਾਂ ਨੇ ਆਪਣਾ ਦਰਕਿਨਾਰ ਕੀਤਾ ਔਰ ਆਪਣਾ ਨਵਾਂ ਅਲਾਇੰਸ ਬਣਾਇਆ। ਅਤੇ ਕੁੱਲ ਮਿਲਾ ਕੇ ਜਿਹੜੀ ਤਸਵੀਰ ਅਸੀਂ ਕਈ ਵਾਰ ਚਾਹੁੰਦੇ ਸੀਗੇ ਕਿ ਇਹ ਬਣੇ ਪੰਜਾਬ ਦੀ, ਅਤੇ ਉਹ ਬਣੀ ਹੈ ਹੁਣ ਜ਼ਮੀਨੀ ਪੱਧਰ 'ਤੇ। ਗੌਰਤਲਬ ਹੈ ਕਿ ਹੁਣ ਇਹ ਪੰਜਾਬ ਨੂੰ ਕਿੰਨਾ ਇਜ਼ਾਫਾ ਪਹੁੰਚਾਏਗੀ ਲੋਕ ਸਭਾ ਚੋਣਾਂ ਦੇ ਵਿੱਚ, ਇੱਕ ਵੱਡਾ ਸਵਾਲ ਇਹ ਬਣਦਾ। ਵੱਡਾ ਸਵਾਲ ਇੱਥੇ ਇਹ ਬਣਦਾ ਕਿ ਕੀ ਹੁਣ ਅਰਵਿੰਦ ਕੇਜਰੀਵਾਲ ਦੇ ਉੱਤੇ ਜਾਂ ਫਿਰ ਆਮ ਆਦਮੀ ਪਾਰਟੀ ਦੇ ਉੱਤੇ ਵਿਸ਼ਵਾਸ ਕੀਤਾ ਜਾ ਸਕਦਾ ਕਿ ਅੱਜ ਵੀ ਆਮ ਆਦਮੀ ਪਾਰਟੀ ਦਾ ਉਹੀ ਸਟੈਂਡ ਹੈ ਜਦ ਉਹ ਹੋਂਦ ਦੇ ਵਿੱਚ ਪੰਜਾਬ ਦੇ ਵਿੱਚ ਆਈ ਸੀਗੀ। ਸੁਖਪਾਲ ਖਹਿਰਾ ਜਿੱਦ ਕਰ ਰਹੇ ਹਨ ਕਿ ਮੈਂ ਬੀਬੀ ਹਰਸਿਮਰਤ ਕੌਰ ਬਾਦਲ ਦੇ ਸਾਹਮਣੇ ਚੋਣ ਲੜਨਾ ਚਾਹੁੰਦਾ ਜਿੱਥੋਂ ਵੀ ਉਹ ਚੋਣ ਲੜਨਗੇ। ਕਿਆਸ ਇਹ ਵੀ ਲਗਾਏ ਜਾ ਰਹੇ ਹਨ ਕਿ ਬੀਬੀ ਹਰਸਿਮਰਤ ਕੌਰ ਬਾਦਲ ਬਠਿੰਡਾ ਛੱਡ ਕੇ ਫਿਰੋਜ਼ਪੁਰ ਤੋਂ ਚੋਣ ਲੜ ਸਕਦੀਆਂ ਹਨ। ਹਾਲ ਫਿਲਹਾਲ ਦੇ ਵਿੱਚ ਫਿਰੋਜ਼ਪੁਰ ਦੇ ਜਿਹੜੇ MP ਸੀਗੇ ਸ਼੍ਰੋਮਣੀ ਅਕਾਲੀ ਦਲ ਤੋਂ, ਸ਼ੇਰ ਸਿੰਘ ਘੁਬਾਇਆ, ਉਹਨਾਂ ਨੇ ਪਾਰਟੀ ਛੱਡੀ, ਉਹ ਪਹੁੰਚ ਗਏ ਕਾਂਗਰਸ ਦੇ ਨਾਲ ਔਰ ਕਾਂਗਰਸ ਨੇ ਉਹਨਾਂ ਨੂੰ ਆਪਣਾ ਕੈਂਡੀਡੇਟ ਤੱਕ ਕਹਿ ਦਿੱਤਾ ਹੈ ਕਿ ਸ਼ੇਰ ਸਿੰਘ ਘੁਬਾਇਆ ਉੱਥੋਂ ਦੇ ਕੈਂਡੀਡੇਟ ਹੋਣਗੇ। ਅਤੇ ਕੀ ਹੁਣ ਸ਼੍ਰੋਮਣੀ ਅਕਾਲੀ ਦਲ ਪਿਛਲੇ 10 ਸਾਲ ਤੋਂ ਫਿਰੋਜ਼ਪੁਰ ਦੇ ਉੱਤੇ ਵਿਰਾਜਮਾਨ ਸੀਗੀ ਕਿ ਬੀਬੀ ਹਰਸਿਮਰਤ ਕੌਰ ਬਾਦਲ ਹੁਣ ਫਿਰੋਜ਼ਪੁਰ ਨੂੰ ਬਚਾਉਣ ਦੇ ਵਿੱਚ ਕਾਮਯਾਬ ਹੋਣਗੇ? ਜੇਕਰ ਬੀਬੀ ਹਰਸਿਮਰਤ ਕੌਰ ਬਾਦਲ ਫਿਰੋਜ਼ਪੁਰ ਤੋਂ ਲੜਦੇ ਹਨ ਤਾਂ ਜਿਹੜੀ ਗਲਿਆਰਿਆਂ ਦੇ ਵਿੱਚ ਗੂੰਜ ਆ ਰਹੀ ਹੈ ਕਿ ਉਸ ਸੀਟ ਦੇ ਵਿੱਚ ਜਿਹੜਾ ਇਲੈਕਸ਼ਨ ਹੋਏਗਾ ਉਹਦੇ ਵਿੱਚ ਇੱਕ ਪਾਸੇ ਸ਼ੇਰ ਸਿੰਘ ਘੁਬਾਇਆ ਕਾਂਗਰਸ ਦੀ ਤਰਫੋਂ, ਬੀਬੀ ਹਰਸਿਮਰਤ ਕੌਰ ਬਾਦਲ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਤਰਫੋਂ, ਪੰਜਾਬ ਏਕਤਾ ਪਾਰਟੀ ਦੀ ਤਰਫੋਂ ਸੁਖਪਾਲ ਖਹਿਰਾ ਹੋ ਸਕਦੇ ਹਨ। ਤਾਂ ਇੱਕ ਵੱਡੀ ਸੀਟ ਮੰਨੀ ਜਾਂਦੀ ਹੈ, ਇੱਕ ਹੋਟ ਸੀਟ ਮੰਨੀ ਜਾਂਦੀ ਹੈ। ਰਾਏ ਸਿੱਖ ਵੋਟਾਂ ਇਸ ਸੀਟ ਦੇ ਉੱਤੇ ਪੈਂਦੀਆਂ ਹਨ ਜਿਹਦੀ ਅਗਵਾਈ ਸ਼ੇਰ ਸਿੰਘ ਘੁਬਾਇਆ 10 ਸਾਲ ਤੋਂ ਕਰ ਰਹੇ ਸਨ। ਹੁਣ ਉਸ ਤੋਂ ਵੀ ਵੱਡੀ ਸੀਟ ਹੈ ਅੰਮ੍ਰਿਤਸਰ ਦੀ। ਕਿਆਸ ਇਹ ਲਗਾਏ ਜਾ ਰਹੇ ਸਨ ਕਿ ਡਾਕਟਰ ਮਨਮੋਹਨ ਸਿੰਘ ਨੂੰ ਮਨਾਇਆ ਜਾ ਰਿਹਾ ਹੈ, ਲੇਕਿਨ ਅੱਜ ਕੈਪਟਨ ਅਮਰਿੰਦਰ ਸਿੰਘ ਨੇ ਵੀ ਮਨਾ ਕਰ ਦਿੱਤਾ ਕਿ ਡਾਕਟਰ ਮਨਮੋਹਨ ਸਿੰਘ ਅੰਮ੍ਰਿਤਸਰ ਤੋਂ ਚੋਣ ਨਹੀਂ ਲੜਨਗੇ, ਕਿਉਂਕਿ ਡਾਕਟਰ ਮਨਮੋਹਨ ਸਿੰਘ ਨੇ ਆਪਣੀ ਸਿਹਤ ਦਾ ਹਵਾਲਾ ਦਿੱਤਾ ਹੈ। ਜੇਕਰ ਕਾਂਗਰਸ ਦੀ ਗੱਲ ਕਰੀਏ ਤਾਂ ਉਹਨਾਂ ਦੇ ਵਿੱਚ ਸਭ ਤੋਂ ਵੱਡਾ ਚਿਹਰਾ ਜਿਹੜਾ ਹਾਲ ਫਿਲਹਾਲ ਦੇ ਵਿੱਚ, ਅਰੇ ਜਿਹੜੀ ਟਿਕਟ ਜਿਹਨਾਂ ਨੂੰ ਮਿਲ ਸਕਦੀ ਹੈ ਉਹ ਨਵਜੋਤ ਕੌਰ ਸਿੱਧੂ ਹੈ, ਜਾਂ ਫਿਰ ਜਿਹੜੇ ਹਾਲ ਫਿਲਹਾਲ ਦੇ MP ਸੀਗੇ ਔਜਲਾ ਸਾਹਿਬ, ਉਹੀ ਉਸ ਸੀਟ ਦੇ ਉੱਤੋਂ ਚੋਣ ਲੜ ਸਕਦੇ ਹਨ। BJP ਅਤੇ ਸ਼੍ਰੋਮਣੀ ਅਕਾਲੀ ਦਲ ਦੇ ਵਿਚਕਾਰ ਟੇਬਲ ਮੈਚ ਚੱਲ ਰਿਹਾ। ਟੇਬਲ ਮੈਚ ਯਾਨੀ ਕਿ ਟੇਬਲ ਦੇ ਉੱਤੇ ਉਹ ਹੁਣ ਇਹ ਵਿਚਾਰ ਕਰ ਰਹੇ ਹਨ ਕਿ ਅਸੀਂ ਲੜੀਏ ਕਿ ਤੁਸੀਂ ਲੜੋਗੇ। ਲੇਕਿਨ ਅਸੀਂ ਕਈ ਵਾਰ ਵੇਖਿਆ ਕਿ BJP ਆਪਣੀ ਦਾਅਵੇਦਾਰੀ ਪੇਸ਼ ਕਰਦੀ ਹੈ,
नवजोत सिंह सिद्धू लड़े, अरुण जेटली लड़े बीजेपी की तरफों। हुण क्यास यह भी लगाए जा रहे थे, अफवाहों के बाजार यह भी गर्म से कि अदाकार सनी देओल लियाउण की कोशिश की जा रही है, पर ओ सनी देओल आउणगे नहीं आउणगे यह भी सुरखियों के आ जाएगा। हुण आपां चले जाने गुरदासपुर। गुरदासपुर के उत्ते विनोद खन्ना, मरहूम विनोद खन्ना जद विछोड़ा कर गए चले गए, तो उस तो बाद सलारिया बीजेपी की तरफों कैंडिडेट होए और कांग्रेस पार्टी के प्रधान सुनील जाखड़ नू उत्थों दी टिकट दिती गई, बाय इलेक्शन होए तो सुनील जाखड़ जित के सामने आए। कैप्टन अमरिंदर सिंह ने साफ कर दिता है कि सुनील जाखड़ ही कांग्रेस की तरफों गुरदासपुर तो उम्मीदवार होणगे। लुधियाणा तो रवनीत सिंह बिट्टू, खडूर साहब तो खबर बीबी जगीर कौर की सामने आई, तो श्रोमणी अकाली दल दे जिहड़ी सीनियर लीडरशिप है चंदू माजरा साहब की फिर मुड़ तो आनंदपुर साहब तो लड़नगे या फिर रिटायरमेंट लैणगे। वड्डे वड्डे चेहरे जिहड़े पंजाब दे ने वो कितों कितों अपना हुण टिकटां दा फॉर्म भरनगे, यह एक वड्डा सवाल बनिया होया। डॉक्टर धर्मवीर गांधी ने साफ कर दिता कि मैं पटियाला नहीं छड्डांगा, तो हुण यह मेजर सीटां हैगियां जिहदे विच क्यास लगाए जा रहे हैं कि कौन होणगे उम्मीदवार और जित के कौन सामने आएगा। लेकिन सवाल वड्डा तुहाडे लई इत्थे यह हैगा कि आम आदमी पार्टी इन्हां सारे दा विचाले कित्थे स्टैंड करदी है, उहदा की हुण स्कोप पंजाब की धरती के उत्ते तुहानूं लगता है कि उहदा सियासी मखौल खुद आप उन्होंने उड़ाया या फिर हजे भी वो गेन कर सकती है जेकर वो ऐ करे की करे। फोन चक्को, नंबर मिलाओ, दसो, करिए विचार वटांदरा। मिलते हैं ब्रेक तो बाद। तो दोस्तों मुड़ हाजिर है तुहाडी खिदमत दे विच अज दा मुद्दा लैके। हुण समा जी तुहाडी फोन कॉल्स लैंदे तुहाडी कॉल्स तो जानने की कोशिश करते हैं कि कुछ विचार तुसीं साडे नाल सांझे करना चाहुंदे हो। हैलो, सत श्रीकाल जी, तुसीं ऑन एयर हो, कौन बोल रहे हो, कित्थों बोल रहे हो? जी वाट साहब, दर्शकों को दसना चाहना कि मेरे नाल सुखपाल खैरा जुड़ चुके हैं इस टाइम फोन लाइन के उत्ते। खैरा साहब, तुहानू सुनना चाहुंदे सीगे, साडे NRI भरा की रणनीति तैयार कर रहे हो लोक सभा चोणां नू लैके? हरकीरत, सारा कुछ असीं तुहाडे सामने रख दित्ता, आपणे कैंडीडेट्स अनाउंस कर दित्ते ने 7 और 12 सीटां दे उत्ते, आपस विच सहमति प्रणाली तुसीं जाणदे हो सारे, एक्सप्लेन कर दिओ तुसीं। जी जी जी, खैरा साहब मैं तुहाडे तों जरूर जानना चाहांगा तुसीं कित्थों चोण लड़ रहे हो। ਸੁਣਨ ਚ ਆ ਰਿਹਾ ਕਿ ਕੋਸ ਜਿਹੜਾ ਹੈ ਉਹ ਅਸੀਂ ਹਾਂਜੀ
ਸੁਣਨ ਚ ਆ ਰਿਹਾ ਹਰਕੀਰਤ ਤੁਸੀਂ ਮੈਨੂੰ ਵਾਰਨ ਨਹੀਂ ਕੀਤਾ ਤੁਸੀਂ ਲਾਈਨ ਤੇ ਲਿਆਂਦਾ ਸਰਦਾਰ ਹਰਕੀਰਤ ਆਈ ਐਮ ਨਾਟ ਅਵੇਲੇਬਲ ਫੋਰ ਦਿਸ ਲੌਂਗ ਮੈਂ ਨਾ ਬਹੁਤ ਟਾਈਮ ਸੇ ਨਿਕਲਣਾ ਜਲੰਧਰ ਆਈ ਐਮ ਡੂਇੰਗ ਅੱਜ ਇੱਕ ਪੰਜਾਬ ਦੇ ਕਾਂਗਰਸ ਦੇ ਮਿਨਿਸਟਰ ਦੇ ਖਿਲਾਫ ਬਹੁਤ ਵੱਡਾ ਖੁਲਾਸਾ ਕਰਨਾ ਆਈ ਐਮ ਡੂਇੰਗ ਲੋਟ ਆਫ ਹੋਮ ਵਰਕ ਅਰਵਿੰਦ ਕੇਜਰੀਵਾਲ ਨੇ ਮਾਫ਼ੀ ਮੰਗੀ ਨਾ ਉਹਦੇ ਕੋਲੋਂ ਵਿਕਰਮ ਮਜੀਠੀਆ ਤੋਂ ਉਦਣ ਤੋਂ ਉਹਨਾਂ ਨੇ ਆਪਣਾ ਪੰਜਾਬ ਚ ਆਧਾਰ ਖਤਮ ਕਰਨਾ ਸ਼ੁਰੂ ਕਰ ਦਿੱਤਾ ਸੀਗਾ ਔਰ ਉਸ ਤੋਂ ਬਾਅਦ ਲਗਾਤਾਰ ਗਲਤੀਆਂ ਕਰ ਰਹੇ ਨੇ ਕਾਂਗਰਸ ਦੇ ਨਾਲ ਤੁਸੀਂ ਅੱਜ ਵੀ ਦੇਖੋਗੇ ਅੱਜ ਦੀ ਲੇਟੈਸਟ ਮੈਂ ਸੋਸ਼ਲ ਮੀਡੀਆ ਤੇ ਦੇਖ ਰਿਹਾ ਸੀਗਾ ਅਰਵਿੰਦ ਕੇਜਰੀਵਾਲ ਦਿੱਲੀਓਂ ਕਹਿ ਰਿਹਾ ਕਿ ਭਗਵੰਤ ਮਾਨ ਕੈਪਟਨ ਅਮਰਿੰਦਰ ਸਿੰਘ ਨਾਲ ਇਨ ਟੱਚ ਆ ਔਰ ਸਾਡੀ ਕਾਂਗਰਸ ਦੇ ਨਾਲ ਸੁਲਹ ਹੋਣ ਦੇ ਚਾਂਸ ਆ ਮਤਲਬ ਜਿਹੜੀ ਪਾਰਟੀ ਬੱਚਿਆਂ ਦੀ ਸੌਂਹ ਖਾਂਦੀ ਸੀਗੀ ਕਿ ਅਸੀਂ ਕਿਸੇ ਨਾਲ ਗੱਠਬੰਧਨ ਨਹੀਂ ਕਰਾਂਗੇ ਅਸੀਂ ਕੋਈ ਸੱਤਾ ਦੇ ਭੁੱਖੇ ਨਹੀਂ ਗਏ ਔਰ ਹੁਣ ਮਿੰਤਾ ਕੱਢਦੇ ਨੇ ਸ਼ੀਲਾ ਦੀਕਸ਼ਿਤ ਦੇ ਤੇ ਸੋਨੀਆ ਗਾਂਧੀ ਦੇ ਸੋ ਮੇਰੇ ਹਿਸਾਬ ਦੇ ਨਾਲ ਇਸ ਇਲੈਕਸ਼ਨ ਦੇ ਵਿੱਚ ਆਮ ਆਦਮੀ ਪਾਰਟੀ ਦਾ ਜਿਹੜਾ ਜਵਾਨਤਾ ਜਿਹੜੀਆਂ ਜਬਤ ਹੋਣਗੇ ਸਾਰੇ ਪਾਸੇ ਖੈਰ ਸਾਹਿਬ ਫਿਰੋਜ਼ਪੁਰ ਦੀ ਬਠਿੰਡਾ ਅਪੀਲ ਕਰਨਾ ਚਾਹਣਾ ਇੱਕ ਅਪੀਲ ਕਰਨਾ ਚਾਹਣਾ ਐਨ ਆਰ ਆਈ ਨੂੰ ਕਿ ਆਲਦੋ ਕੈਂਡੀਡੇਟ ਸਾਰੇ ਬਹੁਤ ਅੱਛੇ ਨੇ ਲੇਕਿਨ ਦੋ ਕੈਂਡੀਡੇਟ ਜਿਹੜੇ ਸਾਡੀ ਗੱਠ ਜੋੜਦੇ ਨੇ ਉਹ ਸਿਰ ਕੱਟ ਨੇ ਔਰ ਉਹਨਾਂ ਦੀ ਮਦਦ ਜ਼ਰੂਰ ਕਰਨਾ ਤੁਸੀਂ ਇੱਕ ਹੈ ਬੀਬੀ ਪਰਮਜੀਤ ਕੌਰ ਖਾਲੜਾ ਜਿਹਨਾਂ ਨੇ ਦਹਾਕਿਆਂ ਬੱਦੀ ਬੇਇਨਸਾਫ਼ੀ ਦੇ ਖਿਲਾਫ਼ ਲੜਾਈ ਲੜੀ ਉਹਨਾਂ ਦੇ ਜਿਹੜੇ ਹਸਬੈਂਡ ਸੀਗੇ ਪ੍ਰੋਫੈਸਰ ਜਸਵੰਤ ਸਿੰਘ ਖਾਲੜਾ ਜਿਹਨਾਂ ਨੂੰ ਮਾਰ ਦਿੱਤਾ ਗਿਆ ਸਿਰਫ ਇਸ ਕਰਕੇ ਕਿਉਂਕਿ ਉਹਨਾਂ ਨੇ ਝੂਠੇ ਪੁਲਿਸ ਮੁਕਾਬਲਿਆਂ ਦੇ ਖਿਲਾਫ਼ ਮਾਸ ਸ਼ੂਸ ਜਿਹੜੀਆਂ ਕ੍ਰਿਮੀਨਲਸ ਹੋਈਆਂ ਉਸ ਵਕਤ 20-25,000 ਆਦਮੀ ਨੂੰ ਮਾਰ ਦਿੱਤਾ ਗਿਆ ਉਹਦਾ ਉਸਦਾ ਪੀੜਾ ਚੁੱਕਿਆ 80 ਦੇ ਦਹਾਕੇ ਤੋਂ ਅੱਗੇ ਲਗਾਤਾਰ ਇਹ ਜਿਹੜੇ ਲੋਕ ਨੇ ਲੜ ਰਹੇ ਨੇ ਖਾਲੜਾ ਮਿਸ਼ਨ ਵਾਲੇ ਔਰ ਉਹਨਾਂ ਨੂੰ ਅਸੀਂ ਖਡੂਰ ਸਾਹਿਬ ਤੋਂ ਨਾਮਜ਼ਦ ਕੀਤਾ ਜਦਕਿ ਅਕਾਲੀ ਦਲ ਨੇ ਇੱਕ ਕਰਪਟ ਔਰ ਕ੍ਰਿਮੀਨਲ ਔਰਤ ਬੀਬੀ ਜਗੀਰ ਕੌਰ ਨੂੰ ਉਹਦੇ ਮੁਕਾਬਲੇ ਤੇ ਉਤਾਰਿਆ ਜਿਹਦਾ ਨਾਮ ਬਿਊਟੀ ਪਾਰਲਰ ਨਾਲ ਜੁੜਦਾ ਕ੍ਰਾਈਮ ਨਾਲ ਜੁੜਦਾ ਔਰ ਉਹਨਾਂ ਦੇ ਇੱਕ ਹੱਥ ਠੋਕੀ ਆਗੂ ਆ ਜਿੱਦਾਂ ਔਰ SCTC ਦੇ ਵਿੱਚ ਕਰਪਸ਼ਨ ਕਰਨ ਲਈ ਜ਼ਿੰਮੇਵਾਰ ਆ ਸੋ ਇੱਕ ਤਾਂ ਮੇਰੀ ਅਪੀਲ ਹੈ ਕਿ ਖਡੂਰ ਸਾਹਿਬ ਦੇ ਵਿੱਚ NRIs ਨੂੰ ਤੁਸੀਂ ਆਪਣੇ ਆਪਣੇ ਪਿੰਡਾਂ ਦੇ ਵਿੱਚ ਹੁਣੇ ਹੀ ਸੁਣਿਆ ਲਾਓ ਔਰ ਉਹਨਾਂ ਨੂੰ ਮੋਟੀਵੇਟ ਕਰੋ ਕਿ ਬੀਬੀ ਪਰਮਜੀਤ ਕੌਰ ਖਾਲੜਾ ਜਿਸ ਨੇ ਲੰਬਾ ਅਰਸਾ ਇਨਸਾਫ਼ ਪਸੰਦੀ ਦੀ ਲੜਾਈ ਲੜੀ ਆ ਔਰ ਬੜਾ ਵੱਡਾ ਮੌਕਾ ਵਾ ਇਸ ਤਰ੍ਹਾਂ ਦੇ ਚੰਗੇ ਲੋਕਾਂ ਨੂੰ ਪਾਰਲੀਮੈਂਟ ਤੇ ਭੇਜਣ ਲਈ ਦੂਸਰਾ ਹੈ ਸਾਡਾ ਫਤਿਹਗੜ੍ਹ ਜਿਹੜੀ ਕੌਂਸਟੀਚੁਐਂਸੀ ਆ ਫਤਿਹਗੜ੍ਹ ਰਿਜ਼ਰਵ ਕੌਂਸਟੀਚੁਐਂਸੀ ਦੇ ਵਿੱਚ ਮਨਵਿੰਦਰ ਸਿੰਘ ਗਿਆਸਪੁਰਾ ਜਿਹਨਾਂ ਨੇ ਜਿਹੜਾ ਹੋਂਦ ਤੇ ਚਿੱਲੜ ਪਿੰਡ ਜਿਹੜੇ ਦੋ ਹਰਿਆਣੇ ਦੇ ਵਿੱਚ ਸਿੱਖ ਕਤਲੇਆਮ ਜਦੋਂ ਹੋਇਆ ਸੀ 1984 ਚ ਇਹ ਪਿੰਡਾਂ ਨੂੰ ਸਾੜ ਦਿੱਤਾ ਗਿਆ ਸੀ ਔਰ ਬਹੁਤ ਸਾਰੇ ਲੋਕਾਂ ਦੇ ਕਤਲੋ ਗਾਰਤ ਹੋਈ ਔਰ ਇਹਦਾ ਖੁਲਾਸਾ ਨਹੀਂ ਸੀ ਹੋਣਾ ਅਗਰ ਮਨਵਿੰਦਰ ਸਿੰਘ ਗਿਆਸਪੁਰਾ 2011 ਵਿੱਚ ਇਹ ਸਾਰੇ ਤੱਥ ਲੋਕਾਂ ਦੀ ਕਚਹਿਰੀ ਵਿੱਚ ਨਾ ਲੈ ਕੇ ਆਉਂਦੇ ਔਰ ਇੱਥੇ ਨਹੀਂ ਬਸ ਉਸਨੇ ਫਿਰ ਹਾਈਕੋਰਟ ਵਿੱਚ ਜਾ ਕੇ ਸਿੰਗਲ ਹੈਂਡਡਲੀ ਉਹਦੇ ਚ ਲੜਾਈ ਲੜ ਕੇ ਤੇ ਉਹਨਾਂ ਦੋਨਾਂ ਪਿੰਡਾਂ ਦੇ ਲੋਕਾਂ ਨੂੰ ਬਹੁਤ ਵੱਡੇ ਪੱਧਰ ਦੇ ਉੱਤੇ ਇਨਸਾਫ਼ ਦਵਾਇਆ ਸੋ ਇਹ ਉਹ ਲੋਕ ਨੇ ਜਿਹਨਾਂ ਨੇ ਸਮਾਜ ਵਿੱਚ ਕੁਝ ਯੋਗਦਾਨ ਪਾਇਆ ਅਨਲਾਈਕ ਜਿਹੜੇ ਅਕਾਲੀਆਂ ਦੇ ਕੈਂਡੀਡੇਟ ਨੇ ਜਗੀਰ ਕੌਰ ਵਰਗੇ ਜਾਂ ਕਾਂਗਰਸ ਦੇ ਜਿਹੜੇ ਕੈਂਡੀਡੇਟ ਆ ਜਿਹੜੇ ਹਮੇਸ਼ਾ ਲੁੱਟ ਘਸੁੱਟ ਕਰਦੇ ਰਹਿਣ ਇਹ ਇੱਕ ਸੁਨਹਿਰੀ ਮੌਕਾ ਵਾ ਪੰਜਾਬ ਦੇ ਲੋਕਾਂ ਲਈ ਕਿ ਉਹ ਚੰਗੇ ਬੰਦਿਆਂ ਨੂੰ ਪਾਰਲੀਮੈਂਟ ਵਿੱਚ ਭੇਜਣ ਇਹੀ ਮੇਰੀ ਅਪੀਲ ਹੈ ਸਾਰਿਆਂ ਨੂੰ ਬਾਕੀ ਆਪਾਂ ਬਾਅਦ ਵਿੱਚ ਹਰ ਕਿਸੇ ਗੱਲ ਕਰ ਸਕਾਂਗੇ ਧੰਨਵਾਦ ਸਰ ਖਹਿਰਾ ਸਾਹਿਬ ਆਲ ਦਾ ਬੈਸਟ ਤੇ ਇਹ ਸੀਗੇ ਸੁਖਪਾਲ ਖਹਿਰਾ ਜਿਨ੍ਹਾਂ ਨੇ ਆਪਣੀ ਗੱਲ ਰੱਖੀ ਕਿ ਇਹ ਦੋ ਜਿਹੜੇ ਪਾਰਲੀਮੈਂਟ ਸੀਟ ਤੋਂ ਜਿਨ੍ਹਾਂ ਨੇ ਆਪਣੀ ਨਾਮਜ਼ਦਗੀ ਭਰੀ ਹੈ ਇੱਕ ਤਾਂ ਖਡੂਰ ਸਾਹਿਬ ਤੋਂ ਔਰ ਦੂਜਾ ਫਤਿਹਗੜ੍ਹ ਸਾਹਿਬ ਤੋਂ ਅਤੇ ਉਹਨਾਂ ਦੀ ਅਪੀਲ ਕਰਦੇ ਹੋਏ ਨਜ਼ਰ ਆ ਰਹੇ ਨੇ ਕਿ ਉਹਨਾਂ ਦੇ ਲਈ ਉਹਨਾਂ ਨੂੰ ਤੁਸੀਂ ਜ਼ਰੂਰ ਸਪੋਰਟ ਕਰਨਾ ਬਾਕੀ ਤੁਸੀਂ ਕੀ ਆਪਣੇ ਤਰਕ ਦੇਣਾ ਚਾਹੁੰਦੇ ਹੋ ਵਿਚਾਰ ਦੇਣਾ ਚਾਹੁੰਦੇ ਹੋ ਮਿਲਦੇ ਹਾਂ ਬ੍ਰੇਕ ਤੋਂ ਬਾਅਦ ਔਰ ਲੈਂਦੇ ਹਾਂ ਤੁਹਾਡੇ ਵਿਚਾਰ ਦੋਸਤੋ ਮੁੜ ਹਾਜ਼ਰ ਹਾਂ ਤੁਹਾਡੀ ਖਿਦਮਤ ਦੇ ਵਿੱਚ ਹੁਣ ਸਮਾਂ ਜੀ ਤੁਹਾਡੇ ਫੋਨ ਕਾਲਸ ਲੈਣ ਦਾ ਸਤਿ ਸ਼੍ਰੀ ਅਕਾਲ ਜੀ ਤੁਸੀਂ ਔਨ ਏਅਰ ਹੋ ਕੌਣ ਬੋਲ ਰਹੇ ਹੋ ਕਿੱਥੋਂ ਬੋਲ ਰਹੇ ਹੋ ਹਾਂਜੀ ਹਰਕੀਰ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕੌਣ ਬੋਲ ਰਹੇ ਨੇ ਆਪਣਾ ਇਲੈਕਸ਼ਨਾਂ ਦਾ ਦੌਰ ਸ਼ੁਰੂ ਹੋ ਗਿਆ ਜੀ ਜੀ ਮੇਰਾ ਖਹਿਰਾ ਸਾਹਿਬ ਨੂੰ ਬੇਨਤੀ ਆ ਕਿ ਡਟ ਕੇ ਬੰਦੇ ਇਦਾਂ ਦੇ ਖੜੇ ਕਰੋ ਜਿਹੜਾ BJP ਦਾ ਉੱਥੋਂ ਖਾਤਮਾ ਹੋ ਜਾਵੇ ਸੈਂਟਰ ਚੋਂ ਜੀ ਜੀ ਤੇ ਬਾਕੀ ਰਹਿ ਗਿਆ BJP ਜੇ ਆ ਗਏ ਤੇ ਰਾਸ਼ਟਰਵਾਦ ਆ ਜਾਣਾ ਰਾਸ਼ਟਰਵਾਦ ਦੇ ਬਾਅਦ ਹੀ ਹਿੰਦੂਵਾਦ ਆਉਣਾ ਜੀ ਤੇ ਹਿੰਦੂਵਾਦ ਜੇ ਆ ਗਿਆ ਤਾਂ ਸਾਡਾ ਜਿਹੜਾ ਨਾਰਾ ਆ ਬੋਲੇ ਸੋ ਨਿਹਾਲ ਦਾ ਸਿੱਖਾਂ ਦਾ ਖਤਮ ਕਰ ਦੇਣਾ ਇਹ ਨਹੀਂ ਭਾਰਤ ਮਾਤਾ ਦੀ ਜੈ ਕਿਆ ਕਰਨਾ ਠੀਕ ਹੈ ਜੀ ਮਿਹਰਬਾਨੀ ਤੁਹਾਡੀ ਮਿਹਰਬਾਨੀ ਹੋਰ ਵੀ ਕਾਲਰਸ ਨੇ ਸਤਿ ਸ਼੍ਰੀ ਅਕਾਲ ਜੀ ਤੁਸੀਂ ਔਨ ਏਅਰ ਹੋ ਕੌਣ ਬੋਲ ਰਹੇ ਹੋ ਕਿੱਥੋਂ ਬੋਲ ਰਹੇ ਹੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਮੈਂ ਥੋੜੀ ਦਿਨ ਤੋਂ ਬੋਲ ਰਿਹਾ ਜੀ 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 ਤੁਹਾਡਾ ਸਵਾਗਤ ਹੈ ਹਾਂਜੀ ਮੇਰਾ ਵਾਲੀ ਦਾ ਇਸ ਤਰ੍ਹਾਂ ਸੋਚ ਜੀ
ਭਾਈ ਪੰਜਾਬ ਆਪਣੇ ਇੰਡੀਆ ਦੀ ਬਹੁਤ ਨੰਬਰ ਇੱਕ ਸਟੇਟ ਸੀ ਜੀ, ਪਰ ਟਾਈਮ ਦੇ ਨਾਲ ਜਿਹੜੀ ਸਾਡੇ ਇੱਥੋਂ ਦੇ ਲੀਡਰ ਸੀ ਇਹਨਾਂ ਦੀ ਖੁਦਗਰਜ਼ੀ ਨੇ ਉਹ ਸਟੇਟ ਨੂੰ ਇੰਨੀ ਖੁਦਗਰਜ਼ੀ ਵੱਧ ਗਈ ਲੀਡਰਾਂ 'ਚ ਕਿ ਥੱਲੇ ਦੇ ਥੱਲੇ ਥੱਲੇ ਦੇ ਥੱਲੇ ਥੱਲੇ ਆ ਗਏ। ਹੁਣ ਸਿਚੁਏਸ਼ਨ ਇਹ ਬਣ ਗਈ ਹੈ ਬਈ ਉਹ ਖੁਦਗਰਜ਼ੀ ਦੇ ਹਾਲਾਤ ਦੇ ਵਿੱਚ ਇਹਨਾਂ ਨੇ ਦੂਜਾ ਇੱਕ ਹੋਰ ਬੜਾ ਨੁਕਸਾਨ ਕੀਤਾ ਸਟੇਟ ਦੀ ਸਿਆਸਤ ਦਾ ਕਿ ਕਿਸੇ ਸੈਕੰਡ ਲਾਈਨ ਦੇ ਲੀਡਰ ਨੂੰ ਉੱਠਣ ਹੀ ਨਹੀਂ ਦਿੱਤਾ। ਹੁਣ ਅੱਜ ਦੇ ਦਿਨ 'ਚ 13 ਸੀਟਾਂ ਇਹਨਾਂ ਪਾਰਟੀਆਂ ਨੇ ਲੱਭਣੀਆਂ, ਇਹਨਾਂ ਕਿਸੇ ਕੋਲ ਵੀ ਕੋਈ ਨਵਾਂ ਚਿਹਰਾ ਨਹੀਂ ਗਾ, ਪੁਰਾਣੇ ਸਭ ਕਸੇ ਪਿੱਟੇ ਲੋਕ ਹੈ। ਹੁਣ ਮੈਂ ਥੋੜੀ ਜਿਹੀ ਐਗਜ਼ਾਮਪਲ ਤੁਹਾਨੂੰ ਦੇਣ ਲੱਗਿਆ, ਮੇਰਾ ਕਿਸੇ ਇਨਸਾਨ ਦੇ ਨਾਲ ਕੋਈ, ਮੈਂ ਹਰ ਇੱਕ ਦੀ ਰਿਸਪੈਕਟ ਕਰਦਾ ਜਿਹਨੇ ਮੈਂਬਰ ਪਾਰਲੀਮੈਂਟ ਪੁਰਾਣੇ ਰਹੇ ਜਾਂ ਜਿਹੜੇ ਗਾਂਹ ਜਿੱਤਣ ਗਏ, ਪਰ ਮੈਂ ਇਹ ਕਹਿਣਾ ਚਾਹੁੰਦਾ ਬਈ ਜਿਵੇਂ ਅਸੀਂ ਸੰਤੋਖ ਸਿੰਘ ਚੌਧਰੀ ਜਲੰਧਰ ਤੋਂ ਜਿੱਤਦੇ ਹਾਂ, ਬੜੇ ਪੁਰਾਣੇ ਸਿਆਸਤਦਾਨ ਹੈ, ਮੈਂ ਤਾਂ ਇਹਨਾਂ ਨੂੰ ਕਦੀ ਪਿਛਲੇ 40 ਸਾਲਾਂ 'ਚ ਦਿੱਲੀ 'ਚ ਇਹਨਾਂ ਨੂੰ ਮੈਂ ਕਦੀ ਬੋਲਦੇ ਨਹੀਂ ਸੁਣਿਆ। ਇਸੇ ਤਰ੍ਹਾਂ ਸਾਡੇ ਐਕਟਰ ਵੀ ਬਹੁਤ ਚੰਗੇ ਆ ਸਾਰੇ ਕੰਟਰੀ ਦੇ, ਠੀਕ ਆ ਫਿਲਮ ਸਕਰੀਨ 'ਤੇ ਬਹੁਤ ਚੰਗੇ ਆ। ਹੁਣ ਮਨੋਜ ਖੰਨਾ ਜੀ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਦੇ, ਪਰ ਉਹ 2-3 ਵਾਰੀ ਐਮ ਪੀ ਜਿੱਤੇ, ਪਰ ਉਹਨਾਂ ਨੇ ਕਦੀ ਦਿੱਲੀ 'ਚ ਮੈਂ ਤਾਂ ਉਹਨਾਂ ਨੂੰ ਕਦੀ ਬੋਲਦੇ ਪਾਰਲੀਮੈਂਟ 'ਚ ਸੁਣਿਆ ਨਹੀਂ। ਹੁਣ ਐਵੇਂ ਬ੍ਰਹਮਪੁਰਾ ਸਾਹਿਬ ਹੈ ਇਹ ਵੀ ਕਦੀ ਨਹੀਂ ਉੱਥੇ ਬੋਲੇ। ਹੁਣ ਆਪਣੇ ਪਿਛਲੀ ਵਾਰੀ ਆਪ ਪਾਰਟੀ ਦੇ ਜਿੱਤੇ ਸੀ ਉਹ ਖਾਲਸਾ ਜੀ ਤੇ ਜਿਹੜੇ ਉਹ ਆਪਣੇ ਫਰੀਦਕੋਟ ਵਾਲੇ ਪ੍ਰੋਫੈਸਰ ਸਾਧੂ ਸਿੰਘ ਸੀ ਉਹ ਕਿਤੇ ਨਜ਼ਰ ਨਹੀਂ ਆਏ। ਸੈਕੰਡ ਚੀਜ਼ ਇਹ ਹੈ ਕਿ ਸਾਡੇ ਪੰਜਾਬ ਦੇ ਲੋਕਾਂ ਨੂੰ ਐਮ ਪੀ ਬਣਨ ਤੋਂ ਡਰ ਕਿਉਂ ਲੱਗਦਾ, ਕਿਉਂਕਿ ਆਫਟਰ ਆਲ ਸੈਂਟਰ ਵੱਡੀ ਗਵਰਨਮੈਂਟ ਹੈ, ਫੰਡ ਜ਼ਿਆਦਾ ਤਾਂ ਉੱਥੋਂ ਹੀ ਆਉਣੇ। ਪਰ ਕੋਈ ਬਾਦਲ ਸਾਹਿਬ ਬਣੇ ਉੱਥੇ ਮਿਨਿਸਟਰ ਬਣੇ ਇਹ ਵੀ ਭੱਜ ਕੇ ਪੰਜਾਬ 'ਚ ਵਾਪਸ ਆ ਗਏ। ਅਮਰਿੰਦਰ ਸਿੰਘ ਜੀ ਮੂੰਹ ਤੇ ਲੋਕਾਂ ਦੇ ਕਹਿੰਦੇ ਆ ਕਿ ਮੈਨੂੰ ਦਿੱਲੀ ਜਿੱਤ ਤਾਂ ਮੈਂ ਗਿਆ, ਮੇਰਾ ਕੋਈ ਸ਼ੌਂਕ ਨਹੀਂ, ਮੈਂ ਵਾਪਸ ਮੁੜਨਾ। ਅੱਜ ਮੈਂ ਖਹਿਰਾ ਸਾਹਿਬ ਨੂੰ ਵੀ ਸੁਣਿਆ ਵੀ ਇਹ ਨਵੇਂ ਯੰਗ ਮੈਨ ਹੈ, ਤੁਸੀਂ ਐਂ ਕਿਉਂ ਕਹਿੰਦੇ ਜੇ ਮੇਰਾ ਕੋਈ ਦਿੱਲੀ ਦੇ ਵਿੱਚ ਇੰਟਰਸਟ ਨਹੀਂ ਹੈ। ਠੀਕ ਹੈ, ਤੇ ਤੁਹਾਨੂੰ ਲੱਗਦਾ ਹੈ ਕਿ ਮਤਲਬ ਹੈ ਜਿਹੜੇ ਜਿੱਤੇ ਸਾਨੂੰ ਥੋੜਾ ਜਿਹਾ ਇੰਟਰਸਟ ਸ਼ੋ ਕਰਨਾ ਚਾਹੀਦਾ ਜੀ ਜੀ ਜੀ, ਦਿੱਲੀ ਦਿੱਲੀ ਜਾਣਾ ਚਾਹੀਦਾ ਜੀ 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 ਜੀ। ਤੁਹਾਡਾ ਕਹਿਣ ਦਾ ਭਾਵ ਹੈ ਕਿ ਜਿੱਥੇ 117 ਵਿਧਾਨ ਸਭਾ ਨੂੰ ਰੀਪ੍ਰਜੈਂਟ ਕਰਦੇ ਹਨ ਅਸੈਂਬਲੀ ਦੇ ਵਿੱਚ, ਅਤੇ ਉੱਥੇ 13 ਵੀ ਇੰਪੋਰਟੈਂਟ ਹਨ ਪਾਰਲੀਮੈਂਟ ਦੇ ਵਿੱਚ ਪੰਜਾਬ ਨੂੰ ਰੀਪ੍ਰਜੈਂਟ ਕਰਨ ਦੇ ਲਈ। ਮਿਹਰਬਾਨੀ ਤੁਹਾਡੀ, ਮੇਰੇ ਨਾਲ ਹੋਰ ਵੀ ਕਾਲਰਸ ਨੇ, ਉਹਨਾਂ ਦਾ ਵੀ ਆਪਾਂ ਵਿਚਾਰ ਲੈ ਲਈਏ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ। ਸਤਿ ਸ਼੍ਰੀ ਅਕਾਲ ਰਾਜਕੁਮਾਰ ਸਾਹਿਬ, ਸਤਿ ਸ਼੍ਰੀ ਅਕਾਲ ਜੀ। ਗੱਲ ਇਹੀ ਹੈ ਕਿ ਇਹ ਜਿਹੜੀ ਸਰਕਾਰ ਹੈ ਇਹ ਪ੍ਰਧਾਨ ਮੰਤਰੀ ਜਿਹੜਾ ਬੜਾ ਖਤਰਨਾਕ ਪ੍ਰਧਾਨ ਮੰਤਰੀ ਹੈ। ਇਹ ਮੇਰੇ ਕਾਰਜਕਾਲ ਦੇ ਵਿੱਚ ਮੈਂ ਇਹ ਕਹੂੰਗਾ, ਮੈਂ ਬਹੁਤਾ ਨਹੀਂ ਕਹੂੰਗਾ ਕਿ ਇੱਕ ਤਾਂ ਮਾੜਾ ਸਮਾਂ ਸਾਡੇ ਪੰਜਾਬੀ ਨੂੰ ਇੱਕ ਸੇਵਾ ਦਾ ਵਧੀਆ ਮਿਲਿਆ ਸੀ ਮੌਕਾ ਕੇਜਰੀਵਾਲ ਦੇ ਸਮੇਂ, ਕੇਜਰੀਵਾਲ ਉਸ ਸਮੇਂ ਨੂੰ ਸਾਂਭ ਨਹੀਂ ਸਕਿਆ ਤੇ ਉਹ ਇੱਕ ਮੁੱਠ ਨਹੀਂ ਰੱਖ ਸਕਿਆ ਪਾਰਟੀ। ਤੇ ਨੰਬਰ 2 ਇਹ ਜਿਹੜਾ ਦੂਸਰਾ ਹੈ ਸਭ ਤੋਂ ਵੱਡਾ ਵਿਵਾਦ ਦਾ ਜਿਹੜਾ ਮਸਲਾ ਹੈ ਇਹ ਹਿੰਦੂ ਤੇ ਸਿੱਖ ਤੇ ਸਾਰੇ ਧਰਮਾਂ ਨੂੰ ਪਾੜ ਕੇ ਰੱਖਣ ਵਾਲੀ ਜਿਹੜੀ ਹੈ ਮੋਦੀ ਗਵਰਨਮੈਂਟ ਆ ਗਈ ਹੈ, ਇਹਨਾਂ ਦਾ ਸਭ ਤੋਂ ਖਤਰਨਾਕ ਇਹ ਹੈ, ਇਹਨਾਂ ਤੋਂ ਬਚਣ ਦੀ ਲੋੜ ਹੈ। ਇਹਨਾਂ ਨੂੰ ਮੂੰਹ ਨੰਦਾਓ, ਆਪਣੇ ਪੰਜਾਬ ਦੀ ਇੱਕ ਯਕ ਇੱਕ ਮੁੱਠ ਹੋ ਕੇ ਇਹਨਾਂ ਦਾ ਮੁਕਾਬਲਾ ਕਰੋ। ਜਿੱਥੋਂ ਤੱਕ ਪੰਜਾਬ ਦੇ ਲੋਕਾਂ ਦਾ ਭਲਾ, ਉੱਥੇ ਪੰਜਾਬ ਦੀ ਭਲਾਈ ਦੀ ਗੱਲ ਹੋਵੇ, ਕਿਸਾਨੀ ਦੀ ਗੱਲ ਹੋਵੇ, ਜਵਾਨਾਂ ਦੀ ਗੱਲ ਹੋਵੇ, ਬੇਰੁਜ਼ਗਾਰੀ ਦੀ ਗੱਲ ਹੋਵੇ, ਇਹਨੇ ਕੋਈ ਵੀ ਗੱਲ ਨਹੀਂ ਕੀਤੀ ਤੇ ਪਲੀਜ਼ ਇਹਨੂੰ ਮੂੰਹ ਨੰਦਾਓ। ਮਿਹਰਬਾਨੀ ਰਾਜਕੁਮਾਰ ਸਾਹਿਬ, ਮਿਹਰਬਾਨੀ, ਬਹੁਤ ਵਧੀਆ ਤੁਸੀਂ ਉਦਾਹਰਣ ਦਿੱਤਾ ਕਿ ਅਸੀਂ ਕਿਸ ਤਰੀਕੇ ਨਾਲ ਰੋਡ ਮੈਪ ਤਿਆਰ ਕਰ ਸਕਦੇ ਹਾਂ ਪਾਰਲੀਮੈਂਟ ਇਲੈਕਸ਼ਨਸ ਦੇ ਲਈ, ਅਤੇ ਲੇਕਿਨ ਜੇਕਰ ਤੁਸੀਂ ਵੀ ਆਪਣੇ ਵਿਚਾਰ ਮੇਰੇ ਨਾਲ ਸਾਂਝੇ ਕਰਨਾ ਚਾਹੁੰਦੇ ਹੋ ਤਾਂ ਹੇਠ ਲਿਖੇ ਨੰਬਰ ਦੇ ਉੱਤੇ ਮੈਨੂੰ ਕਾਲ ਕਰੋ ਜਾਂ ਫਿਰ ਮੈਨੂੰ ਮੇਲ ਕਰ ਸਕਦੇ ਹੋ info@justbroadcasting.com, harkirat@justbroadcasting.com ਦੇ ਉੱਤੇ ਲਵਾਂਗਾ ਤੁਹਾਡੀ ਫੋਨ ਕਾਲਸ, ਲੇਕਿਨ ਇਸ ਬ੍ਰੇਕ ਤੋਂ ਬਾਅਦ ਮੁੜ ਹਾਜ਼ਰ ਹਾਂ ਤੁਹਾਡੀ ਖਿਦਮਤ ਦੇ ਵਿੱਚ। ਆਪਾਂ ਬ੍ਰੇਕ ਤੋਂ ਜਾਣ ਤੋਂ ਪਹਿਲਾਂ ਤੁਹਾਡੀ ਕਾਲ ਲੈ ਰਹੇ ਸੀਗੇ ਅਤੇ ਤੁਹਾਡੀ ਕਾਲਸ ਅਸੀਂ ਲੈਂਦੇ ਹਾਂ ਔਰ ਤੁਸੀਂ ਆਪਣੇ ਕੀ ਵਿਚਾਰ ਸਾਡੇ ਨਾਲ ਸਾਂਝੇ ਕਰਨਾ ਚਾਹੁੰਦੇ ਹੋ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਹਾਂਜੀ ਹਰਕੀਰਤ ਜੀ, ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ, ਜਿੰਨੇ ਜਸ ਟੀਵੀ ਵੇਖ ਰਹੇ ਆ ਜੀ। ਜੀ ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਬੜੀ ਹੈਰਾਨੀ ਦੀ ਗੱਲ ਹੈ ਜੀ, ਇੱਕ ਟਾਈਮ 2016 'ਚ ਖਹਿਰਾ ਸਾਹਿਬ ਆਏ ਗਏ
ਅਮਰੀਕਾ ਸਾਡੇ ਇੱਥੇ ਜੀ, ਤੇ ਫਿਰ ਜਸ ਟੀਵੀ ਤੇ ਮੁੱਦਾ ਪ੍ਰੋਗਰਾਮ ਚ ਲਾਈਵ ਉਹਨਾਂ ਗੱਲਬਾਤ ਕੀਤੀ ਸੀ ਜੀ ਜੀ ਜੀ। ਤੇ ਮੈਂ ਪੁਰਾਣਾ ਕਰ ਰਿਹਾ ਤੁਹਾਡਾ, ਮੇਰੀ ਪਹਿਲੀ ਕਾਲ ਹੀ ਲੱਗ ਗਈ ਹੈਗੀ ਖਹਿਰਾ ਸਾਹਿਬ ਨੂੰ ਜੀ ਜੀ ਜੀ। ਤੇ ਮੈਂ ਉਹਨਾਂ ਨੂੰ ਕਿਹਾ ਹੈਗਾ ਵੀ 2014 ਵਾਲੀ ਲਹਿਰ ਨੀ ਹੈਗੀ 17 ਚ, ਕਹਿੰਦੇ ਕਿਉਂ ਬੜਾ ਗੁੱਸੇ ਜਿਹੇ ਨਾਲ, ਕਿਉਂ ਸਾਡੇ ਤੇ ਇੱਥੇ 100 ਤੋਂ ਵੱਧ ਹੀਟ ਆਉਣ ਡਈ, ਤੁਹਾਨੂੰ ਕਿੱਦਾਂ ਨੀ ਜਾਪਦੀ, ਬੜਾ ਗੁੱਸਾ ਕੀਤਾ। ਮੈਂ ਤੁਹਾਨੂੰ ਦੱਸ ਦਿੰਦਾ, ਕੇਜਰੀਵਾਲ ਸਾਹਿਬ ਏਡਾ ਧੋਖਾ ਕਰ ਰਹੇ ਆ ਪੰਜਾਬੀਆਂ ਨਾਲ, ਸਮਝਣ ਵਾਲੇ ਸਮਝਦੇ ਆ, ਤੁਸੀਂ ਪਤਾ ਨੀ ਕਿਉਂ ਇਹ ਲਹਿਰ ਬਣਾਉਣਾ ਹੈ ਜੋ ਦੀ। ਤੇ ਮੈਂ ਕਿਹਾ ਜੀ ਅੰਮ੍ਰਿਤਸਰ ਤੇ ਉਹ ਕਹਿ ਕੇ ਪਾਣੀ ਪੰਜਾਬ ਦਾ, ਹਰਿਆਣੇ ਚ ਕਹਿਤਾ ਵੀ ਹਰਿਆਣੇ ਦਾ, ਦਿੱਲੀ ਜਾ ਕੇ ਐਫੀਡੇਵਿਟ ਦੇ ਦਿੱਤਾ ਵੀ ਨਹੀਂ ਦਿੱਲੀ ਵਾਲਿਆਂ ਦਾ। ਤੇ ਤੁਸੀਂ ਜਵਾਬ ਦੋ ਵੀ ਇਹ ਜਿਹੜਾ ਕੋਈ ਚੰਗਾ ਵੋਟਰ ਆ ਪੜ੍ਹਿਆ ਲਿਖਿਆ ਉਹ ਇਹ ਗੱਲ ਸਮਝੂਗਾ ਨੀ, ਧੋਖਾ ਵਾ। ਤੇ ਉਦੋਂ ਤੇ ਇਹਨਾਂ ਨੂੰ ਗੁੱਸਾ ਵੀ ਬੜਾ ਲੱਗਾ ਸੀ, ਤੇ ਇਹਨਾਂ ਸਿਫਤਾਂ ਕਰ ਕਰਕੇ ਗੁੰਮਰਾਹ ਕੀਤਾ ਸਾਰੇ ਐਨ ਆਰ ਆਈ ਭਰਾਵਾਂ ਨੂੰ, ਤੇ ਲੱਟਿਆ ਵੀ ਤੇ ਇੰਨਾ ਨੁਕਸਾਨ ਵੀ ਕੀਤਾ। ਤੇ ਅੱਜ ਹੁਣ 20 ਸਾਲ ਕਾਂਗਰਸ ਚ ਇਹਨਾਂ ਨੂੰ ਨੀ ਤਜਰਬਾ ਆਇਆ, ਉਹਨਾਂ ਨੂੰ ਛੱਡਣਾ ਪਿਆ, ਹੁਣ 1.5 ਸਾਲ ਚ ਇਹਨਾਂ ਨੂੰ ਵੀ ਬਾਅਦ ਚ ਪਤਾ ਲੱਗਾ ਵੀ ਉਹ ਚੋਰ ਨੇ। ਤੇ ਜਦੋਂ ਅਸੀਂ ਚੋਰ ਕਹਿੰਦੇ ਉਦੋਂ ਤੇ ਬੜਾ ਗੁੱਸਾ ਕੀਤਾ ਸੀ ਜੀ। ਤੇ ਅੱਜ ਹੁਣ ਪਤਾ ਨੀ ਫਿਰ ਪਾਰਟੀ ਪਾਰਟੀ ਖੇਡਣ ਲੱਗ ਪਏ ਆ, ਤੀਜਾ ਫਰੰਟ ਲਿਆਉਂਦੇ ਲਿਆਉਂਦੇ ਬੈਂਸ ਭਰਾ ਸੀ, ਗਾਂਧੀ ਸੀ, ਇਹ ਸੀ ਇੱਕ ਵਿਚਾਰਧਾਰਾ ਸੀ, ਤੇ ਪਾਰਟੀ ਇੱਕ ਬਣਾਉਂਦੇ ਜੇ ਪੰਜਾਬ ਦਾ ਭਲਾ ਕਰਨਾ ਸੀ। ਤੁਸੀਂ ਵੇਖੋ ਹੁਣ ਜਿਹੜੇ ਫਾਸਲਾ ਕਾਮਰੇਡ ਵਰਗੇ ਆ, ਇਹਨਾਂ ਦੇ ਫਾਸਲਾ ਤੇ ਖਾਲਿਸਤਾਨੀ ਪੱਗ ਬੰਨ ਕੇ ਰਿਜਾਇਨ ਕੀਤਾ ਸੀ, ਤੇ ਉਹ ਉਸ ਲਹਿਰ ਦੇ ਵਿਰੁੱਧ ਹੀ ਗਏ। ਤੇ ਅੱਜ ਹੁਣ ਬੀਬੀ ਖਾਲੜਾ ਜੀ ਨੂੰ ਕੀ ਸਪੋਰਟ ਕਰਨਗੇ ਕਾਮਰੇਡ ਉੱਥੇ ਜੀ, ਇਹ ਮੇਰਾ ਉਹਨਾਂ ਨੂੰ ਸਵਾਲ ਹੈ, ਜਦੋਂ ਕਿਤੇ ਆਏ 2-3 ਸਵਾਲ ਜ਼ਰੂਰ ਉਹਨਾਂ ਨੂੰ ਪੁੱਛੋ ਜੀ, ਜ਼ਰੂਰ ਪੁੱਛਾਂਗੇ। ਮਿਹਰਬਾਨੀ, ਧੰਨਵਾਦ ਤੁਹਾਡਾ ਜੀ। ਥੈਂਕ ਯੂ ਵੈਰੀ ਮੱਚ ਜੀ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਕੌਣ ਬੋਲ ਰਹੇ, ਕਿੱਥੋਂ ਬੋਲ ਰਹੇ ਹੋ? ਹੈਲੋ, ਸਤਿ ਸ਼੍ਰੀ ਅਕਾਲ ਜੀ, ਮੈਂ ਸ਼ੇਰਗਿੱਲ ਬੋਲਦਾ ਲਾਸ ਏਂਜਲਸ ਤੋਂ। ਸਤਿ ਸ਼੍ਰੀ ਅਕਾਲ ਸ਼ੇਰਗਿੱਲ ਸਾਹਿਬ, ਕੀ ਵਿਚਾਰ ਰੱਖੋਗੇ? ਮੈਂ ਵਿਚਾਰ ਤਾਂ ਇਹ ਰੱਖੂੰਗਾ ਜੀ ਵੀ ਜਿਹੜੇ ਸਾਡੇ ਲੋਕ ਆ ਨਾ, ਦਰਅਸਲ ਪੰਜਾਬੀ ਮੈਂ ਖਾਸ ਕਰਕੇ ਕਹੂੰਗਾ, ਸਾਡੇ ਲੋਕ ਭੁਲੱਕੜ ਬਹੁਤ ਹੈ ਤੇ ਭੁੱਲ ਵੀ ਛੇਤੀ ਜਾਂਦੇ, ਜਾਂ ਮੈਂ ਕਹੂੰਗਾ ਸੱਚ ਜਾਣਨਾ ਨੀ ਚਾਹੁੰਦੇ। ਦਰਅਸਲ ਗੱਲ ਇਹ ਆ ਬਾਈ ਜੀ, ਪਿੰਡਾਂ ਚ ਨਾ ਮਤਲਬ ਉੱਥੇ ਜਿਹੜੇ ਹੈਗੇ ਲੋਕ ਸਾਡੇ ਪਾਰਟੀਆਂ ਨੂੰ, ਇਹਨਾਂ ਦੋਨਾਂ ਨੂੰ ਵੋਟਾਂ ਪਾਉਂਦੇ ਆ ਬਾਈ ਜੀ, ਪਰ ਦੋਨਾਂ ਜੇ ਉਹਨਾਂ ਨੂੰ ਪੁੱਛ ਕੇ ਦੇਖੋ ਨਾ ਜੇ ਵੋਟਾਂ ਪਾਉਂਦੇ ਆ ਜ਼ਰੂਰ, ਕਾਂਗਰਸ ਨੂੰ ਪਾਉਂਦੇ, ਅਕਾਲੀਆਂ ਨੂੰ, ਤੇ ਪੁੱਛ ਕੇ ਦੇਖੋ ਵੀ ਕਿਵੇਂ ਆ, ਕਹਿਣਗੇ ਨਹੀਂ ਦੋਨੇ ਹੀ ਚੋਰ ਹੈ, ਇੱਕੋ ਜਿਹੀ ਹੈ, ਪਰ ਸਾਡੇ ਕੋਲ ਰਾਹ ਨੀ, ਅਸੀਂ ਕੰਮ ਕਾਰ ਵੀ ਕਰਾਉਣੇ ਤੇ ਵੋਟ ਪਾਈਏ ਤਾਂ ਕਿਹਨੂੰ ਪਾਈਏ। ਸੋ ਕੁਛ ਕੁ ਇਹਨਾਂ ਦੇ ਰੱਖੇ ਹੋਏ ਚੌਧਰੀਆਂ ਦੇ ਪਿੱਛੇ ਲੱਗ ਕੇ, ਵੀ ਚੇਅਰਮੈਨ ਬਣੇ ਅੱਗੇ ਕੋਈ ਸਰਪੰਚ ਬਣ ਗਿਆ, ਉਹਨਾਂ ਦੇ ਲੱਗ ਕੇ ਪਿੱਛੇ ਤੁਰੇ ਫਿਰਦੇ ਆ। ਤੀਜਾ ਤਰਾਈ ਸੀ, ਆਪ ਨੇ ਦਿਖਾਈ ਸੀ ਆਸ, ਪਰ ਉਹ ਵੀ ਖਿੰਡ ਗਈ, ਛੋਟੀ ਛੋਟੀਆਂ ਪਾਰਟੀਆਂ ਬਣ ਗਈਆਂ। ਖਹਿਰਾ ਸਾਹਿਬ, ਲੱਗਦਾ ਹੈ ਕਿ ਕੇਜਰੀਵਾਲ ਨੇ ਆਪਣੇ ਖੁਦ ਪੈਰਾਂ 'ਚ ਕੁਲਾੜੀ ਮਾਰੀ ਹੈ, ਜੇਕਰ ਉਹ ਨਾ ਮਾਰਦਾ ਤੇ ਅੱਜ ਪੰਜਾਬ ਦੇ ਵਿੱਚ ਸਭ ਤੋਂ ਵੱਡਾ ਫਰੰਟ ਆਮ ਆਦਮੀ ਪਾਰਟੀ ਹੋ ਸਕਦਾ ਸੀ। ਹਾਂਜੀ ਬਿਲਕੁਲ, ਤੁਹਾਡੀ ਗੱਲ ਸਹੀ ਹੈ, ਪਰ ਬਾਈ ਜੀ ਮੈਂ ਇੱਕ ਗੱਲ ਕਰੂੰਗਾ, ਜਿਵੇਂ ਖਹਿਰਾ ਜੀ ਨੇ ਜ਼ਿਕਰ ਕੀਤਾ ਵੀ ਜਸਵੰਤ ਸਿੰਘ ਖਾਲੜਾ, ਉਹਨਾਂ ਦੇ ਧਰਮ ਪਤਨੀ ਪਰਮਜੀਤ ਨੂੰ ਦਿੱਤੀ ਹੈ ਸੀਟ, ਬਾਈ ਜੀ ਸਾਡੇ ਲੋਕ ਨਹੀਂ ਇਹਨਾਂ ਗੱਲਾਂ ਨੂੰ ਮੰਨਦੇ, ਜ਼ਰੂਰ ਭਾਵਨਾ ਜ਼ਰੂਰ ਹੈ, ਪਰ ਇੱਕ ਮੈਨੂੰ ਯਾਦ ਹੈ ਨਾ ਭੁੱਲ ਗਿਆ ਮੈਂ, ਸਾਊਥ ਦੇ ਵਿੱਚ ਇੱਕ ਕੁੜੀ ਸੀ ਬਾਈ ਜੀ, ਲੜੀ ਚੋਣ, ਉਹਨੇ 20-22 ਸਾਲ ਲੋਕਾਂ ਲਈ ਕੰਮ ਕੀਤਾ, ਭੁੱਖ ਹੜਤਾਲਾਂ ਰੱਖੀਆਂ, ਜੇਲ੍ਹਾਂ ਕੱਟੀਆਂ, ਉਹ ਆ ਕੇ ਚੋਣ ਲੜੀ ਤੇ ਉਹਨੂੰ 90 ਵੋਟਾਂ ਪਈਆਂ ਬਾਈ ਜੀ ਸਾਰੀ। ਪਰ ਇੱਕ ਸੈਕੀ ਆ ਸਾਡੇ ਲੋਕਾਂ ਦੀ ਬਾਈ ਜੀ, ਵੀ ਇਹ ਕਹਿੰਦੇ ਪਾਸਿਓਂ ਘਰ ਘਰ ਜੰਮੇ ਪਰ ਸਾਡੇ ਘਰੇ ਨਾ ਜੰਮੇ। ਬਿਲਕੁਲ ਉਹੀ ਗੱਲ ਹੈ ਕਿ ਨਾ ਬਾਪ ਬੜਾ ਨਾ ਭਈਆ, ਸਭ ਤੋਂ ਬੜਾ ਰੁਪਈਆ ਕੀ ਹੁਣ ਇਸ ਵਾਰ ਵੀ ਪਾਰਲੀਮੈਂਟ ਇਲੈਕਸ਼ਨ ਦੇ ਵਿੱਚ, ਯਾਨੀ ਕਿ ਲੋਕ ਸਭਾ ਇਲੈਕਸ਼ਨ ਦੇ ਵਿੱਚ ਰੁਪਈਆ ਕੰਮ ਆਊਗਾ ਕਿ ਇੱਕ ਇਮਾਨਦਾਰ ਛਵੀ ਕੰਮ ਆਊਗੀ? ਖੈਰ ਹੈ ਤਾਂ 23 ਮਈ ਨੂੰ ਪਤਾ ਚੱਲ ਜਾਊਗਾ, ਲੇਕਿਨ ਅੱਜ ਅਸੀਂ ਇਸ ਮੰਚ ਦੇ ਉੱਤੇ ਤੁਹਾਡੇ ਨੂੰ ਇਹੀ ਸਵਾਲ ਪੁੱਛਿਆ ਸੀਗਾ ਕਿ ਆਮ ਆਦਮੀ ਪਾਰਟੀ ਕਿੱਥੇ ਸਟੈਂਡ ਕਰਦੀ ਹੈ 2019 ਲੋਕ ਸਭਾ ਚੋਣਾਂ ਦੇ ਵਿੱਚ। ਕਈ ਮੈਨੂੰ ਪਰਸਨਲ ਮੈਸੇਜ ਆ ਰਹੇ ਨੇ ਕਿ ਕੈਨੇਡਾ ਦੇ ਵਿੱਚ ਜਿੱਥੇ ਸਾਡੇ ਭਰਾ ਵਸੇ ਹੋਏ ਹਨ, ਉਹਨਾਂ ਨੂੰ ਟੀ ਵੀ ਦੇ ਉੱਤੇ ਆਵਾਜ਼ ਨਹੀਂ ਆ ਰਹੀ, ਤੁਸੀਂ ਸਾਨੂੰ ਮੇਲ ਕਰਕੇ ਲਿਖ ਸਕਦੇ ਹੋ ਕਿ ਕਿੱਥੇ ਤੁਹਾਨੂੰ ਪ੍ਰੋਬਲਮ ਆ ਰਹੀ ਹੈ, ਅਸੀਂ ਜ਼ਰੂਰ ਕੋਸ਼ਿਸ਼ ਕਰਾਂਗੇ। info@justbroadcasting.com, harkirat@justbroadcasting.com ਦੇ ਉੱਤੇ ਜੇਕਰ ਕਿਸੇ ਹੋਰ ਨੂੰ ਵੀ ਅੱਜ ਹੀ ਪ੍ਰੋਬਲਮ ਆ ਰਹੀ ਹੈ, ਸਾਡੀ ਆਵਾਜ਼ ਉਹਨਾਂ ਤੱਕ ਨਹੀਂ ਪਹੁੰਚ ਰਹੀ, ਤਾਂ ਵੀ ਤੁਸੀਂ ਮੈਨੂੰ ਲਿਖ ਕੇ ਮੇਲ ਕਰ ਸਕਦੇ ਹੋ। ਲੇਕਿਨ ਆਮ ਆਦਮੀ ਪਾਰਟੀ ਦਾ ਕੀ ਬਣੂਗਾ, ਇਹੀ ਸੀ ਅੱਜ ਦਾ ਮੁੱਦਾ। ਮਿਲਦੇ ਹਾਂ ਕੱਲ੍ਹ ਇਸੀ ਟਾਈਮ ਇਸੀ ਸਮੇਂ, ਔਰ ਰੱਖਾਂਗੇ ਨਵਾਂ ਮੁੱਦਾ ਔਰ ਕਰਾਂਗੇ ਵਿਚਾਰ ਵਟਾਂਦਰਾ। ਫਿਲਹਾਲ ਅੱਜ ਦੇ ਇਸ ਮੁੱਦੇ ਦੇ ਵਿੱਚ ਮੈਨੂੰ ਹਰਕੀਰਤ ਸਿੰਘ ਆਲੂਵਾਲੀਆ ਅਤੇ ਮੇਰੀ ਪੂਰੀ ਟੀਮ ਨੂੰ ਦਵੋ ਇਜਾਜ਼ਤ। ਧੰਨਵਾਦ, ਸਤਿ ਸ੍ਰੀ ਅਕਾਲ।
ਹੈ।